ਪੰਜਾਬੀਆਂ ਦੀ ਹੈ। ਚੀਚੋ ਚੀਚ ਗਨੇਰੀਆਂ ਕੁਝ ਤੇਰੀਆਂ ਕੁਝ ਮੇਰੀਆਂ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਕੀ ਹਾਲ ਹੈ? ਦਿਨ ਸ਼ੁੱਕਰਵਾਰ, ਸੋ ਆ ਗਈ ਤੁਹਾਡੀ ਰੀਤ, ਤੁਹਾਡਾ ਪ੍ਰੋਗਰਾਮ ਕੁਝ ਤੇਰੀਆਂ ਕੁਝ ਮੇਰੀਆਂ ਲੈ ਕੇ। ਵੀ ਸ਼ੁੱਕਰਵਾਰ ਹੈ, ਸਾਰੇ ਐਕਸਾਈਟਿਡ ਹੋਣਗੇ ਨਾ। ਸੈਟਰਡੇ ਸੰਡੇ ਦੋ ਛੁੱਟੀਆਂ, ਪਰ ਸਵੇਰੇ ਸਵੇਰੇ ਥੋੜ੍ਹੀ ਜਿਹੀ ਸਨੋ ਅਤੇ ਥੋੜ੍ਹਾ ਜਿਹਾ ਮੀਂਹ ਪੈ ਗਿਆ ਸੀ, ਵੈਦਰ ਖਰਾਬ ਹੋ ਗਿਆ। ਬਟ ਡੋਂਟ ਵਰੀ, ਸੈਟਰਡੇ ਸੰਡੇ ਆ, ਇੰਜੋਏ ਕਰਨਾ ਦੋ ਦਿਨ ਘਰ ਛੁੱਟੀਆਂ ਦੇ ਵਿੱਚ। ਵੀ ਸਕਰੀਨ 'ਤੇ ਨੰਬਰ ਤੁਹਾਡਾ ਜਿਹੜਾ ਹੈਗਾ ਗੈਟ ਪੰਜਾਬੀ ਲਾਈਵ ਸ਼ੋਅ ਦਾ ਨੰਬਰ ਤੁਹਾਡੇ ਸਾਰਿਆਂ ਦੀ ਸਕਰੀਨ 'ਤੇ ਆ ਗਿਆ। ਅੱਜ ਦਾ ਜਿਹੜਾ ਪ੍ਰੋਵਰਬ ਹੈਗਾ ਉਹ ਵੀ ਮੈਂ ਤੁਹਾਨੂੰ ਦੱਸਣਾ ਹੈਗਾ। ਨੰਬਰ ਇੱਕ ਵਾਰੀ ਦੱਸ ਦਿੰਦੀ ਹਾਂ, 5168250006। ਵੀ ਅੱਜ ਹੈਗਾ ਦਿਨ ਸ਼ੁੱਕਰਵਾਰ, ਗੱਲ ਕਰਨੀ ਹੈਗੀ ਹੈ ਪ੍ਰੋਵਰਬ 'ਤੇ, ਇੱਕ ਅਖਾਣ 'ਤੇ। ਅਤੇ ਤੁਸੀਂ ਦੱਸੋਗੇ ਅੱਜ ਦੇ ਨਾਲ ਨਾਲ ਕਿ ਹੋਰ ਕਿਹੜਾ ਕੋਈ ਅਜਿਹਾ ਵਿਸ਼ਾ ਜਿਸ 'ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ। ਆਪਣੇ ਵਿਚਾਰ ਸਾਡੇ ਨਾਲ ਅਤੇ ਅਸੀਂ ਆਪਣੇ ਵਿਚਾਰ ਕਰਾਂਗੇ ਸਾਂਝੇ ਤੁਹਾਡੇ ਨਾਲ, ਪ੍ਰੋਗਰਾਮ ਕੁਝ ਤੇਰੀਆਂ ਕੁਝ ਮੇਰੀਆਂ ਦੇ ਵਿੱਚ। ਵੀ ਕਹਿੰਦੇ ਨੇ ਜਿਹੜੇ ਪੰਜਾਬੀ ਅਖਾਣ ਹੁੰਦੇ ਨੇ, ਪੰਜਾਬੀ ਅਖਾਣ ਜਾਣੀ ਕਿ ਸਾਡੇ ਬਜ਼ੁਰਗਾਂ ਦੀਆਂ ਕਹੀਆਂ ਹੋਈਆਂ ਗੱਲਾਂ, ਅਤੇ ਉਹ ਗੱਲਾਂ ਜਿਹੜੀਆਂ ਨੇ ਉਹ ਯੂਨੀਵਰਸਲ ਟਰੁੱਥ ਦੀ ਹੈਸੀਅਤ ਰੱਖਦੀਆਂ ਨੇ। ਜੀ ਹਾਂ, ਯੂਨੀਵਰਸਲ ਟਰੁੱਥ ਦੀ ਹੈਸੀਅਤ ਰੱਖਦੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਉਹ ਗੱਲਾਂ, ਉਹ ਰੀਤੀ ਰਿਵਾਜ਼, ਉਹ ਬਹੁਤ ਕੁਝ ਉਹਨਾਂ ਦੇ ਮੂੰਹ 'ਚੋਂ ਨਿਕਲ ਜਾਂਦਾ ਸੀ। ਉਹ ਜਿੱਥੋਂ ਤੱਕ ਮੈਂ ਦੇਖਿਆ ਪਿੰਡਾਂ ਦੇ ਵਿੱਚ, ਅਤੇ ਕਿਤੇ ਨਾ ਕਿਤੇ ਸ਼ਾਇਦ ਅੱਜ ਵੀ ਬਜ਼ੁਰਗ ਉਹ ਅਖਾਣ, ਉਹ ਪ੍ਰੋਵਰਬ ਵਰਤਦੇ ਹੋਣਗੇ, ਪਰ ਸ਼ਹਿਰਾਂ ਦੇ ਵਿੱਚ ਬਹੁਤ ਹੀ ਘੱਟ, ਬਹੁਤ ਹੀ ਘੱਟ ਹੈਗਾ ਜਿੱਥੇ ਅਸੀਂ ਉਹ ਪ੍ਰੋਵਰਬਸ ਵਰਤਦੇ ਹਾਂ। ਵੀ ਇਹ ਸਾਡੀ ਮਾਂ ਬੋਲੀ ਦਾ ਇੱਕ ਬਹੁਤ ਹੀ ਅਮੀਰ ਵਡਮੁੱਲਾ ਵਿਰਸਾ ਹੈ, ਅਤੇ ਸਾਨੂੰ ਇਸ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ। ਇਹ ਕੋਈ ਬਹੁਤ ਛੋਟੀ ਜਿਹੀ ਗੱਲ ਨਹੀਂ ਹੈਗੀ ਕਿ ਅਸੀਂ ਬੋਲ ਜਾਂਦੇ ਹਾਂ ਅਤੇ ਗੱਲ ਖਤਮ ਹੋ ਜਾਂਦੀ ਹੈ। ਇਸ ਦੇ ਪਿੱਛੇ ਉਸਨੂੰ ਸਮਝਾਇਆ ਜਾਂਦਾ ਕੋਈ ਨਾ ਕੋਈ ਬਹੁਤ ਵੱਡਾ ਮੀਨਿੰਗ, ਇੱਕ ਬਹੁਤ ਵੱਡੀ ਗੱਲ ਦਾ ਨਿਚੋੜ ਜਿਹੜਾ ਹੈਗਾ ਉਹ ਛੋਟੀ ਜਿਹੀ ਗੱਲ ਇੱਕ ਲਾਈਨ ਕਹਿ ਕੇ ਉਸਨੂੰ ਐਕਸਪਲੇਨ ਕਰ ਦਿੱਤਾ ਜਾਂਦਾ, ਪਰ ਅਸੀਂ ਉਸੇ ਇੱਕ ਛੋਟੀ ਜਿਹੀ ਲਾਈਨ ਨੂੰ ਐਕਸਪਲੇਨ ਕਰਦੇ ਹਾਂ। ਉਹ ਜਿਹੜਾ ਪੂਰਾ ਮਟੀਰੀਅਲ ਹੁੰਦਾ ਹਰ ਇੱਕ ਚੀਜ਼ ਦਾ, ਬਜ਼ੁਰਗਾਂ ਨੇ ਇੱਕ ਛੋਟੀ ਜਿਹੀ ਲਾਈਨ ਦੇ ਵਿੱਚ ਕਹਿ ਦਿੰਦੇ ਸੀ, ਪਰ ਅਸੀਂ ਇਸ ਸ਼ੋਅ ਦੇ ਵਿੱਚ ਦਿਨ ਸ਼ੁੱਕਰਵਾਰ ਨੂੰ ਉਸੇ ਇੱਕ ਛੋਟੀ ਜਿਹੀ ਲਾਈਨ ਦਾ ਪੂਰਾ ਮਤਲਬ ਐਕਸਪਲੇਨ ਕਰਦੇ ਹਾਂ, ਇੱਕ ਦੂਜੇ ਨੂੰ ਦੱਸਦੇ ਹਾਂ, ਜਾਣਦੇ ਹਾਂ, ਪੁੱਛਦੇ ਹਾਂ ਅਤੇ ਸਮਝਦੇ ਹਾਂ ਵੀ ਇਸ ਲਾਈਨ ਦਾ ਮਤਲਬ, ਇਸ ਪ੍ਰੋਵਰਬ ਦਾ ਮਤਲਬ ਕੀ ਹੈ, ਇਹ ਕਿਉਂ ਕਹੀ ਜਾਂਦੀ ਹੈ, ਕਿੱਥੇ ਵਰਤੀ ਜਾਂਦੀ ਹੈ ਅਤੇ ਕਿੱਥੇ ਵਰਤਣੀ ਚਾਹੀਦੀ ਹੈ। ਵੀ ਅੱਜ ਦੀ ਜਿਹੜੀ ਪ੍ਰੋਵਰਬ ਹੈਗੀ ਹੈ ਉਹ ਹੈਗੀ ਹੈ ਧੇਲੇ ਦੀ ਬੁੜੀ ਅਤੇ ਟਕਾ ਸਿਰ ਮਨਾਈ। ਹੈਗੀ ਨਾ ਟਿਪੀਕਲ ਠੇਠ ਪੇਂਡੂ ਪ੍ਰੋਵਰਬ ਜਿਹੜੀ ਹੈਗੀ ਹੈ ਅਖਾਣ, ਵੀ ਇਸਦਾ ਵੀ ਕੋਈ ਮਤਲਬ ਸੀਗਾ। ਪਿੰਡਾਂ ਤੋਂ ਸ਼ੁਰੂ ਹੋਈਆਂ, ਸਾਡੇ ਬਜ਼ੁਰਗ ਪਿੰਡਾਂ 'ਚ ਰਹਿੰਦੇ ਸੀ, ਪੇਂਡੂ ਪ੍ਰੋਵਰਬ ਬਿਲਕੁਲ ਟਿਪੀਕਲ ਪੇਂਡੂ ਦੇ ਵਿੱਚ, ਪਿੰਡਾਂ ਦੇ ਵਿੱਚ ਵਰਤੀ ਜਾਣ ਵਾਲੀ, ਵੀ ਧੇਲੇ ਦੀ ਬੁੜੀ ਅਤੇ ਟਕਾ ਸਿਰ ਮਨਾਈ। ਬੜੀ ਵਾਰੀ ਮੇਰੇ ਮੰਮੀ ਵੀ ਕਹਿ ਦਿੰਦੇ ਹੁੰਦੇ ਸੀ ਅਤੇ ਸਾਨੂੰ ਇੰਨਾ ਉਦੋਂ ਸਮਝ ਨਹੀਂ ਸੀ ਆਉਂਦਾ, ਉਹਨਾਂ ਮੰਮੀ ਐਵੇਂ ਪੰਜਾਬੀ 'ਚ ਪਤਾ ਨਹੀਂ ਕੀ ਬੋਲ ਜਾਂਦੇ ਨੇ, ਜੇ ਸਮਝ ਵੀ ਆਉਂਦੀ ਸੀ ਤਾਂ ਇੰਨਾ ਕਦੀ ਉਹਨੂੰ ਅਸੀਂ ਸੋਚਿਆ ਨਹੀਂ ਵੀ ਇਸਦਾ ਮਤਲਬ ਕੀ ਹੋਏਗਾ। ਠੀਕ ਹੈ, ਤਾਂ ਮਤਲਬ ਇੰਨਾ ਕਿ ਗੱਲ ਖਤਮ, ਅਸੀਂ ਆਪਣੇ ਕੰਮ 'ਚ ਮਸਤ ਹੋ ਜਾਂਦੇ ਸੀ। ਪਰ ਅੱਜ ਜਦੋਂ ਇਹਨਾਂ ਚੀਜ਼ਾਂ ਦਾ ਮੈਂ ਹਰ ਵਾਰੀ ਕਹਿੰਦੀ ਹਾਂ, ਹਰ ਸ਼ੁੱਕਰਵਾਰ ਕਹਿੰਦੀ ਹਾਂ, ਅੱਜ ਜਦੋਂ ਸਾਨੂੰ ਇਸ ਪ੍ਰੋਵਰਬ ਦਾ ਮਤਲਬ ਪਤਾ ਚੱਲਦਾ ਅਤੇ ਕਿਤੇ ਉਹ ਛੋਟੇ ਟਾਈਮ 'ਤੇ ਬਚਪਨ ਦੇ ਵਿੱਚ ਇਹਨਾਂ ਮਤਲਬ ਸਮਝ ਲਿੱਤਾ ਹੁੰਦਾ, ਅਤੇ ਜਿਹੜੇ ਇੰਨੇ ਸਾਲ ਲੰਘ ਗਏ ਹੁਣ ਸਮਝ ਰਹੇ ਹਾਂ ਇਹ ਪ੍ਰੋਵਰਬਸ ਨੂੰ, ਅਤੇ ਉਦੋਂ ਦੀ ਅਕਲ ਤਾਂ ਮੈਂ ਕਿਹਾ ਵੀ ਉਦੋਂ ਹੀ ਆ ਜਾਣੀ ਚਾਹੀਦੀ ਸੀਗੀ ਨਾ ਸਾਨੂੰ। ਸੋ ਚਲੋ, ਦੇਰ ਆਏ ਦਰੁਸਤ ਆਏ, ਹੁਣ ਹੀ ਸਮਝ ਲੈਂਦੇ ਹਾਂ। ਜੇ ਮੌਕਾ ਮਿਲਿਆ, ਗੈਟ ਪੰਜਾਬੀ ਨੇ ਸਾਨੂੰ ਇਹ ਪਲੈਟਫਾਰਮ ਦਿੱਤਾ ਹੈਗਾ ਤੁਹਾਡੇ ਨਾਲ ਜੁੜਨ ਦਾ, ਅਤੇ ਕਿਉਂ ਨਾ ਸਹੀ। ਸੋ ਮੈਂ ਲੈਂਦੀ ਹਾਂ ਪ੍ਰੋਗਰਾਮ ਦੀ ਪਹਿਲੀ ਕਾਲ। ਅੱਜ ਦੀ ਪ੍ਰੋਵਰਬ ਹੈਗੀ ਹੈ ਧੇਲੇ ਦੀ ਬੁੜੀ ਅਤੇ ਟਕਾ ਸਿਰ ਮਨਾਈ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਂ ਤਾਂ ਜੀ ਪਾ ਬੋਲਦਾ, ਮੈਂ ਕੈਲੀਫੋਰਨੀਆ ਤੋਂ ਇਸ ਵੇਲੇ ਮੈਂ ਲਾਸ ਵੇਗਸ ਬੋਲਦਾ। ਹਾਂਜੀ ਸਰ, ਕੀ ਜਾਣਦੇ ਹੋ? ਮੈਂ ਤਾਂ ਦੂਜਾ ਕੱਲ ਤੁਸੀਂ ਕਿਹਾ ਵੀ ਪੰਜ ਸਵਾਲਾਂ ਜਵਾਬ, ਮੇਰਾ ਅੱਜ ਇੱਕ ਸਿੰਪਲ ਜਿਹਾ ਸਵਾਲ ਆ। ਹਾਂਜੀ, ਇਹ ਜਿਹੜੀ ਲੋਹੜੀ ਆ, ਸੋਮਵਾਰ ਆਉਣੀ ਹੈ, ਸਰ ਹਾਂਜੀ, ਇਤਿਹਾਸ ਬਾਰੇ ਕੁਝ ਦੱਸ ਦੇਵੇ ਵੀ ਕਿੱਦਾਂ ਬਣੀ, ਕਿੱਦਾਂ ਸਟਾਰਟ ਹੋਈ, ਤੇ ਉਹਨੂੰ ਕੈਸ਼ $1500 ਕੈਸ਼
अकाउंट च रख दूंगा भेज दूंगा। मैं इतने साडे गुरुद्वारे कई ग्रंथियों नूं पुछिया, कोई कुछ कहिंदा कोई कुछ कहिंदा, ठीक है इहदे बारे कोई सही दस दे तो $1500 मेरे को जदों मर्जी मैनूं फोन करके ते अपना अकाउंट नंबर दे दे। ठीक है सर, भी तुहाडा जिहड़ा क्वेश्चन हैगा साडे सारे व्यूअर्स कॉलर्स तक पहुंच चुके हैं, भी लोहड़ी दा इतिहास की है ना। हां जी, ते इक तुहाडा सवाल सी टके दी बुढ़ी, ਤੇਲੇ ਦੀ ਬੁੜੀ ਟਕਾ ਸਿਰ ਬਣਾਈ, ਉਹ ਵੀ ਜਿੱਦਾਂ ਕੋਈ ਹੁਣ ਬੁੜੀ ਮਰਦ ਕਿਨਾਰੇ ਆ ਤੇ ਉਹਦਾ ਮੇਕਅਪ ਕਰਾ ਦਿਓ ਉਹਦੇ ਬਾਰੇ ਜਾਂ ਉਹਦੇ ਤੇ ਹੋਰ ਕੁਛ, ਇਹ ਵੀ ਹੋ ਸਕਦਾ ਹੈ। ठीक है सर, बहुत बहुत शुक्रिया, तुसी अपने विचार साडे नाल सांझे कीते, समा बहुत हैगा, तुहाडा मैसेज सारा तक पहुंच गया, मैं भी तुहाडा नंबर नोट कर लेनी है, जेकर मैनू कितों पता लगेगा ते डेफिनेटली हां तुसी $1500 दे हकदार है। नहीं जी, मैं नहीं हकदार हैगी, मैं उहनां नूं तुहाडा नंबर दे देंगी। ज्यादा नूं कोई कुछ कहिंदा वी किद्दां दुआ लोहड़ी बणी आ, किद्दां स्टार्ट होई, कित्थों सर तुहाडा नाम? मेरा नाम उहदा नाम कुलविंदर पाल सिंह है। ठीक है सर, ठीक है कुलविंदर पाल जी, थैंक यू सो मच। लो जी, प्रोग्राम आज कर रहे हैं तेले दी बुड़ी टका सिर मनाई, तो बड़ी वधिया जी कॉल आ गई लोहड़ी। मैनू लगता है वैसे भी इस सानू सारिया नू, सिर्फ बुजुर्गों नू नहीं, सिर्फ जवानों नू नहीं और सिर्फ बच्चों नू नहीं, साड़ी तिना पीढ़ियों नू पता होना चाहिए लोहड़ी का इतिहास की हैगा। लोहड़ी आ भी रही है, भी बड़े मज़े दे नाल असी रेड़ियाँ मूंगफलियाँ खा लें, अग बाल लें, धूनी बाल लें, सेक लें, मुंडे की लोहड़ी आ गई। अजकल कहते हैं कुड़ियों की भी लोहड़ी मनानी चाहिए है और कुछ लोग मनाते भी ने, पर इन्हां दा सवाल हैगा भी लोहड़ी क्यों मनाई जाती है, कदों शुरू हुई है, कित्थों शुरू हुई है, और ओपनली उन्होंने कहा हैगा भी $1500 का इनाम जिहड़ा हैगा वह दिता जाएगा। तो जेकर तुहानू किसे नू पता हैगा तो तुसी reetk@getpunjabi.tv ते ईमेल करके दस सकते हो। सो मैं तुहाडा मैसेज उन्हां तक पहुँचा देंगी, तो उन्हां दा जे कोई रिप्लाई आएगा तो मैं तुहानू दस देंगी। ठीक है जी, असीं अज गल कर रहे हैं तेले दी बुड़ी टका सिर मनाई, की मतलब हुंदा है इसका, क्यों अज मैं ये प्रोवर्ब ये अखाण चुनी ते की गल करांगे अज असी इस ते। भी गल इत्थों शुरू हुई, सेल्स बहुत लगदियां ने न्यूयॉर्क दे विच, कहंदे ने क्रिसमस आ गई है सेल लग गई है, क्रिसमस तो पहला सेल लग गई है, क्रिसमस तो बाद चो सेल लग गई है, ब्लैक फ्राइडे आ गया, सेलां लग गई ने। असी कहने भी हाँ, जाते भी हाँ, शॉपिंग भी करते हैं, भी कई बार होंगे कि सेल्स जिहड़ियां हैगियां ने वर्थ हुंदियां ने, तुसी सेल तो बाद चीज़ लैंड जाते हो तो वह चीज़ तुहानू $100 की मिलती है, तुसी सेल ते लैंदे हो तुहानू $70-$70 की मिलती है, उपर जेकर तुहाडे कोल कोई कूपन निकल आता है तो कई बार $60-$50 की भी मिल जाती है। पर यह अखाण उदों जदों मैं उदों मेरे दिमाग दे विच आई जदों मैं सोचा भी उत्थे सेल लगी हुई है, मैं सोचा कि उत्थे सेल लगी हुई है ते मैं अपने घर दे नाल वाली दुकान या नाल वाली उह जगह छड़ के इन्नी दूर गई सिर्फ ये सोच के कि उत्थे सेल लगी हुई है ते मैनूं चीज़ सस्ती मिल जाएगी। पर जदों मैं उत्थे गई मैनूं पता चलिया कि ये सेल जिहड़ी है वह खत्म हो चुकी है, और उस जगह तक पहुँचने लई नॉर्मल प्राइस से चीज़ मिल रही है, और उस जगह तक पहुँचने लई जिहड़ी मैं अपनी गड्डी दी गैस फूकी और अपना टाइम जिहड़ा मैं वेस्ट कीता, अपनी एनर्जी जिहड़ी मैं वेस्ट कीती, और ठंड दे वैदर विच जिहड़ा मैं गई बिहार के घर आके मैं तो यही कहा भी तेले दी बुड़ी ते टका सिर मनाए, भी मिलिया तो मैनूं कुछ है नहीं, उत्तों वखरा मैं इन्ना कुछ खर्च करके आ गई, गैस भी लग गई, टाइम भी खराब किया, घर होंदे आ काम कर लेंदे। तो मैं क्या क्यों ना भी तुहाडे सारिआं दे नाल अज यही गल सांझी कर लीती जाए, तो मैनूं लगता है जिहड़े बुजुर्ग प्रोग्राम देख रहे ने वह इस अखाण नूं होर चंगी तरह एक्सप्लेन कर सकते ने, होर चंगे तरीके नाल दस सकते ने भी इसका की मतलब हैगा कि तेले दी बुड़ी टका सिर मनाई। सो तुसी कॉल करके दसो, नंबर थोड़े सारे दी स्क्रीन ते हैगा 5168250006। प्रोवर्ब अज दी अखाण जेड़े साडे बुजुर्गां दी कईआं होईआं गल्लां बचपन च सुणदे सी, समझ नहीं सी आंदियां, मतलब नहीं सी पता हुंदा, दादा जी नानी जी बोल के चले गए, पर इनू एक्सप्लेन कौन करेगा, और कई बार किते ना किते उन्होंने भी मैनू लगता है दस्या नहीं होएगा किसी भी कारण करके, छोटे हैगे है इन्हां नू की लंबियां डिस्क्रिप्शनां देनियां, भी बुजुर्गों हाथ जोड़ के रीत की बेनती है कि तुहानू भी बहुत वधिया जिहड़ा प्लेटफॉर्म सानू मिलिया तुहाडे तक पहुँचन दा, तुसी कॉल करके सानू जिहड़ा तुहाडा वह एक्सपीरियंस हैगा तुसी अज मेरे नाल बाकी दे कॉलरस और व्यूअर्स दे नाल शेयर कर सकदे हो, दस सकदे हो भी ए अखाण तेले दी बुड़ी टका सिर मनाई क्यों वरती गई सी, क्यों शुरू हुई सी,
ਕਿੰਨੇ ਸ਼ੁਰੂ ਕੀਤੀ ਸੀ ਖੈਰ ਉਹ ਤੇ ਨਹੀਂ ਪਤਾ ਪਰ ਇਹ ਕਿਉਂ ਵਰਤੀ ਜਾਂਦੀ ਹੈ ਕਿਉਂ ਅਸੀਂ ਇਸ ਚੀਜ਼ ਨੂੰ ਕਹਿ ਦਿੰਨੇ ਆ ਵੀ ਧੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਅਸੀਂ ਉਦਾਂ ਵੀ ਤੇ ਕਹਿ ਦੇਣਾ ਵੀ ਇੰਨੀ ਦੂਰ ਗਏ ਸੀ ਫਾਇਦਾ ਤੇ ਹੋਇਆ ਨਹੀਂ ਕੋਈ ਜਾਣ ਦਾ ਇਹ ਸਾਡੀ ਲੈਂਗੁਏਜ ਹੈ ਇਹ ਸਾਡੀਆਂ ਵਰਡਿੰਗਸ ਹੈ ਬਟ ਬਜ਼ੁਰਗ ਕਿਉਂ ਕਹਿੰਦੇ ਨੇ ਆਓ ਅਗਲੀ ਕਾਲ ਲੈਂਦੇ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਧੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਹੈਲੋ ਮੈਨੂੰ ਲੱਗ ਰਿਹਾ ਉਹ ਪ੍ਰੋਗਰਾਮ ਦੇਖਣ 'ਚ ਬਿਜ਼ੀ ਨੇ ਚਲੋ ਜੀ ਅਸੀਂ ਅਗਲੀ ਕਾਲ ਲੈਂਦੇ ਹਾਂ ਹੈਲੋ 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 ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਾਲ ਲੱਗ ਗਈ ਹੈ ਵੀ ਸਾਰੇ ਪ੍ਰੋਗਰਾਮ ਦੇਖਣ 'ਚ ਬਿਜ਼ੀ ਹੋ ਗਏ ਨੇ ਵੀ ਤੁਸੀਂ ਕਾਲ ਲਗਾਈ ਹੈਗੀ ਤੁਹਾਡੀ ਕਾਲ ਲੱਗ ਗਈ ਹੈ ਐਨੀਵੇਜ਼ ਕੋਈ ਗੱਲ ਨਹੀਂ ਨੰਬਰ ਤੁਹਾਡੇ ਸਾਰਿਆਂ ਦੀ ਸਕਰੀਨ 'ਤੇ ਹੈਗਾ ਤੁਸੀਂ ਵੀ ਕਾਲ ਕਰਕੇ ਦੱਸ ਸਕਦੇ ਹੋ 5168255006 ਧੇਲੇ ਦੀ ਬੁੜੀ ਟਕਾ ਸਿਰ ਮਨਾਈ ਜਦੋਂ ਅਸੀਂ ਕਿਸੇ ਚੀਜ਼ ਦੀ ਉਮੀਦ ਕਰਦੇ ਹਾਂ ਕਿ ਸਾਨੂੰ ਇਹ ਚੀਜ਼ ਇੰਨੇ ਦੀ ਮਿਲ ਜਾਏਗੀ ਜਾਂ ਅਸੀਂ ਉਸਨੂੰ ਲੈਣ ਵਾਸਤੇ ਜਾਂਦੇ ਹਾਂ ਪਰ ਉਹ ਸਾਨੂੰ ਉਨੇ ਪੈਸਿਆਂ ਦੇ ਵਿੱਚ ਤਾਂ ਨਹੀਂ ਮਿਲਦੀ ਸਗੋਂ ਅਸੀਂ ਹੋਰ 4 ਪੈਸੇ ਉੱਪਰੋਂ ਦੀ ਪੱਲਿਓ ਲਾ ਆਉਂਦੇ ਹਾਂ ਅਤੇ ਹਾਰ ਕੇ ਵੀ ਅਸੀਂ ਕਹਿ ਦਿੰਦੇ ਹਾਂ ਤਾਂ ਉਹੀ ਗੱਲ ਹੋਈ ਕਿ ਧੇਲੇ ਦੀ ਬੁੜੀ ਅਤੇ ਟਕਾ ਸਿਰ ਮਨਾਈ ਅਗਲੀ ਕਾਲ ਲੈਂਦੇ ਹਾਂ ਹੈਲੋ ਹੈਲੋ ਰੀਤ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਆਂਟੀ ਜੀ ਕੀ ਹਾਲ ਹੈ ਕਹਾਵਤ ਪੁਰਾਣਿਆਂ ਬੰਦਿਆਂ ਦੀ ਆ ਤੇ ਗਾਂ ਦੀ ਗਾਂ ਪੀੜੀਆਂ ਸੁਣੀ ਜਾਂਦੀਆਂ ਨੇ ਤੇ ਮਤਲਬ ਕੱਢਿਆ ਨੀ ਇਹਦਾ ਮਤਲਬ ਕੱਢਿਆ ਨੀ ਮਤਲਬ ਮੈਂ ਹੁਣੇ ਦੱਸਿਆ ਤੇ ਹੈਗਾ ਹਾਂਜੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਇਹ ਸੱਚ ਹੁੰਦਾ ਜੀ ਸੁਣਦੇ ਤਾਂ ਜ਼ਰੂਰ ਆਏ ਆ ਬਈ ਧੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਤੇ ਇਹਦੇ ਵਿੱਚੋਂ ਮਤਵਲ ਨਹੀਂ ਨਾ ਨਿਚੋੜਿਆ ਨਿਚੋੜ ਨਹੀਂ ਕੱਢਿਆਗਾ ਰੀਤ ਇਹਦਾ ਅੱਛਾ ਨਿਚੋੜ ਵੀ ਜਿੱਥੋਂ ਤੱਕ ਤਾਹੀ ਤੇ ਗੱਲ ਕਰ ਰਿਹਾ ਵੀ ਜਿੰਨੀ ਕੁ ਮੈਨੂੰ ਸਮਝ ਸੀਗੀ ਮੈਂ ਤੇ ਤੁਹਾਨੂੰ ਦੱਸ ਦਿੱਤਾ ਵੀ ਉਨਾ ਖਰਚਾ ਨਹੀਂ ਹੁੰਦਾ ਉਹਨੇ ਦੀ ਚੀਜ਼ ਨਹੀਂ ਹੁੰਦੀ ਜਿੰਨਾ ਅਸੀਂ ਉੱਤੋਂ ਹੋਰ ਖਰਚਾ ਕਰ ਦਿੰਨੇ ਆ ਹਾਂਜੀ ਹਾਂ ਹੈ ਨਾ ਸਿੰਪਲ ਜੀ ਗੱਲ ਤੇ ਇਹੀ ਹੁੰਦੀ ਹੈ ਤੇ ਉੱਤੋਂ ਮੰਮੀ ਵੀ ਕਹਿ ਦਿੰਦੇ ਹੁੰਦੇ ਸੀਗੇ ਹੈ ਨਾ ਵੀ ਇੰਨੀ ਦੂਰੋਂ ਦੀ ਜਾ ਕੇ ਤੂੰ ਦਿੱਲੀ ਤੋਂ ਫਲਾਣਾ ਕੱਪੜਾ ਲੈ ਕੇ ਆਈ ਹੈ ਨਾ ਦਿੱਲੀ ਗਈ ਉੱਥੋਂ ਦੀ ਉਹ ਸਪੈਸ਼ਲ ਤੂੰ ਉੱਥੇ 2 ਦਿਨ ਹੋਰ ਰੁਕੀ ਸੇਲ ਲੱਗਣੀ ਹੈ ਲੈ ਕੇ ਆਉਂਦਾ ਇਹ ਤੇ 100 ਰੁਪਏ ਦਾ ਇੱਥੇ ਮਿਲੀ ਜਾਂਦਾ ਇਹ ਤੇ ਉਹੀ ਗੱਲ ਹੋ ਗਈ ਵੀ ਧੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਹਾਂਜੀ ਹਾਂ ਹੈ ਨਾ ਤੇ ਹਾਂਜੀ ਹਾਂ ਤੁਹਾਡਾ ਬਿਲਕੁਲ ਗੱਲ ਠੀਕ ਹੈ ਤੇ ਬਈ ਉਹ ਬਈ ਖਰਚਾ ਵੱਧ ਕਰ ਲਿਆ ਤੇ ਉਹਨਾਂ ਬਈ ਚੀਜ਼ ਉਹਨੇ ਦੀ ਹੈ ਨਹੀਂਗੀ ਮਤਲਬ ਉੱਥੇ ਆ ਗਿਆ ਨਾ ਹਾਂਜੀ ਚੀਜ਼ ਉਹਨੇ ਦੀ ਹੈ ਨਹੀਂਗੀ ਹਾਂਜੀ ਹਾਂ ਹਾਂਜੀ ਠੀਕ ਹੈ ਜੀ ਕਹਾਵਤ ਤਾਂ ਬੇਟਾ ਸਿਆਣਿਆਂ ਦੀ ਕਹਾਵਤਾਂ ਹੈ ਬਿਲਕੁਲ ਸਹੀ ਆ ਬਿਲਕੁਲ ਤੇ ਆਪਾਂ ਨਿਚੋੜ ਨਹੀਂ ਇਹ ਗੱਲ ਦਾ ਕੱਢਦੇ ਜਦੋਂ ਆਪਾਂ ਇਹ ਗੱਲ ਦਾ ਨਿਚੋੜ ਕੱਢਦੇ ਆਪਾਂ ਨੂੰ ਬਿਲਕੁਲ ਪਤਾ ਲੱਗ ਜਾਂਦਾ ਗੱਲ ਦਾ ਬਿਲਕੁਲ ਸਮਝ ਆ ਜਾਂਦੀ ਵੀ ਮੈਂ ਤੇ ਉਹੀ ਕਹਿੰਦੀ ਆ ਵੀ ਮੈਨੂੰ ਤੇ ਜਿੰਨੀ ਕੁ ਸਮਝ ਆਉਂਦੀ ਹੈ ਮੈਂ ਸੋਚਦੀ ਆ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂ ਵੀ ਤੁਸੀਂ ਹੋਰ ਮੈਨੂੰ 4 ਗੱਲਾਂ ਦੱਸੋਗੇ ਤੇ ਮੇਰੀ ਸਮਝ ਤੇ ਹੋਰ ਵਧੇਗੀ ਨਾ ਹਾਂਜੀ ਹਾਂ ਠੀਕ ਹੈ ਠੀਕ ਹੈ ਹੁਣ ਤੁਸੀਂ ਕਾਲ ਕੀਤੀ ਹੈ 2 ਗੱਲਾਂ ਤੁਸੀਂ ਦੱਸੋਗੇ 2 ਗੱਲਾਂ ਅਗਲੇ ਕਾਲਰ ਦੱਸਣਗੇ ਵੀ ਮੈਂ ਤੇ ਇੱਕੋ ਗੱਲ ਲੈ ਕੇ ਆਈ ਸੀ ਮੈਨੂੰ ਉਸ ਦੇ ਨਾਲ ਹੋਰ 4 ਗੱਲਾਂ ਸੁਣਨ ਨੂੰ ਮਿਲ ਗਈਆਂ ਹਾਂਜੀ ਹਾਂ ਤੇ ਮੇਰੇ ਨਾਲ ਆ ਤੁਹਾਨੂੰ ਵੀ ਫਿਰ ਆਪਾਂ 2 ਤੁਸੀਂ ਕੀਤੀਆਂ 2 ਮੈਂ ਕੀਤੀਆਂ ਹੋਰ ਕਿਸੇ ਨੇ ਕੀਤੀਆਂ ਉਹ ਗੱਲ ਸਿਰ ਪੂਰੀ ਆਪਾਂ ਨੂੰ ਇਹ ਨਿਚੋੜ ਨਿਕਲ ਜਾਂਦਾ ਉਹਦਾ ਬਿਲਕੁਲ ਬਿਲਕੁਲ ਤੁਸੀਂ ਵੀ ਚੰਗੀ ਤਰ੍ਹਾਂ ਸਮਝ ਲਓਗੇ ਮੈਨੂੰ ਹੋਰ ਚੰਗੀ ਤਰ੍ਹਾਂ ਸਮਝ ਆ ਜਾਏਗੀ ਵੀ ਹੁਣ ਅੱਜ ਤੁਸੀਂ ਮੈਨੂੰ ਇਹ ਗੱਲ ਪੁੱਛ ਲੈਂਦੇ ਮੈਂ ਤੁਹਾਨੂੰ ਸੜਕ ਤੇ ਮਿਲਦੀ ਹਾਂ ਤੁਸੀਂ ਮੈਨੂੰ ਪੁੱਛ ਲੈਂਦੇ ਹੋਰ ਵੀ ਰੀਤ ਇਹਦਾ ਕੀ ਮਤਲਬ ਹੈ ਵੀ ਮੈਂ ਤਾਂ ਤੁਹਾਨੂੰ ਇੱਕੋ ਹੀ ਗੱਲ ਦੱਸਣੀ ਸੀ ਹੁਣ ਪ੍ਰੋਗਰਾਮ ਤੋਂ ਬਾਅਦ ਜਦੋਂ ਤੁਸੀਂ ਮੈਨੂੰ ਪੁੱਛੋਗੇ ਮੈਂ ਤੁਹਾਨੂੰ 10 ਗੱਲਾਂ ਦੱਸਾਂਗੀ ਹਾਂਜੀ ਹਾਂ ਠੀਕ ਹੈ ਹੈ ਨਾ ਤੇ ਕਿੰਨਾ ਕੁਝ ਯਾਦ ਰਹਿ ਜਾਂਦਾ ਹੈ ਕਿੰਨਾ ਕੁਝ ਸਮਝ ਆ ਜਾਂਦਾ ਹੈ ਹਾਂਜੀ ਹਾਂ ਹੈ ਨਾ ਹਾਂਜੀ ਹਾਂ ਹਾਂਜੀ ਠੀਕ ਹੈ ਆਂਟੀ ਜੀ ਹਾਂਜੀ ਹਾਂ ਠੀਕ ਹੈ ਬੇਟਾ ਓਕੇ ਜੀ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਓ ਜੀ ਮੈਂ ਲੈਣੀ ਅਗਲੀ ਕਾਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਾਲ ਲੱਗ ਗਈ ਹੈ ਟੀਵੀ ਦਾ ਵੋਲਿਊਮ ਥੋੜਾ ਜਿਹਾ ਘੱਟ ਕਰ ਦਿਓ ਟੀਵੀ ਦੇਖਣ ਚ ਬਿਜ਼ੀ ਹੈ ਅਸੀਂ ਅਗਲੀ ਕਾਲ ਲੈਣੇ ਆ ਹੈਲੋ ਜੀ ਭਾਈ ਮੈਂ ਦੁਬਾਰਾ ਕਾਲ ਕਰਨ ਲੱਗਾ ਮੈਂ ਦੂਜੀ ਲਾਈਨ ਤੇ ਸੀ ਪਹਿਲਾਂ ਹਾਂਜੀ ਜਿਹੜਾ ਤੁਸੀਂ ਕਿਹਾ ਸੀ ਤੇ ਹੈਲੋ ਹਾਂਜੀ ਹਾਂਜੀ ਵੀ ਧੇਲੇ ਦੀ ਬੁੜੀ ਟਕਾ ਸਿਰ ਮਨਾਈ ਹਾਂਜੀ ਇਹ ਤਾਂ ਸਿੰਪਲ ਜੀ ਗੱਲ ਹੈ ਜਿੱਦਾਂ ਆਪਣੇ ਲਾਗੇ ਕੋਈ ਸਟੋਰ ਹੈ ਉੱਥੇ $5 ਦੀ ਚੀਜ਼ ਆ ਤੇ ਜੇ ਹਾਂਜੀ 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 ਤੇ ਜੇ 10 ਮੀਲ ਪਰੇ ਆ $20 ਦੀ ਆ ਤੇ ਉਦੋਂ $20 ਦਾ ਆਪਾਂ ਤੇਲ ਫੁੱਕ ਕੇ ਜਾਵਾਂਗੇ ਆਪਾਂ ਟਾਈਮ ਖਰਾਬ ਕਰਕੇ ਜਾਵਾਂਗੇ ਬਿਲਕੁਲ ਬਿਲਕੁਲ ਤੇ ਜਿਹੜੀ ਲੱਗੇ ਆਪਾਂ ਨੂੰ $2 ਮਹਿੰਗੀ ਵੀ ਆ ਹਾਂਜੀ
ਉਹ ਸਸਤੀ ਪੈਂਦੀ ਜੇ 10 ਮੀਲ ਆਪਾਂ ਦੂਰ ਜਾਵਾਂਗੇ ਉਹ ਭਾਵੇਂ $2.5 ਦੀ ਆ ਤੇ ਉਦੋਂ ਜ਼ਿਆਦਾ ਤਾਂ ਆਪਾਂ ਤੇਲ ਫੂਕ ਲਵਾਂਗੇ ਟਾਈਮ ਖਰਾਬ ਕਰਾਂਗੇ ਤੇ ਜਦੋਂ ਕਰਕੇ ਵਾਪਸ ਆ ਜਾਂਦੇ ਆ ਤੇ ਫਿਰ ਕਹਿ ਦਿੰਦੇ ਆ ਵੀ ਧੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਓਕੇ ਜੀ ਸਤਿ ਸ਼੍ਰੀ ਅਕਾਲ ਲਓ ਜੀ ਮਤਲਬ ਸਾਨੂੰ ਪਤਾ ਲੱਗ ਗਿਆ ਹੁਣ ਮੈਂ ਲੈਣਾ ਇੱਕ ਛੋਟਾ ਜਿਹਾ ਬ੍ਰੇਕ ਤੇ ਤੁਸੀਂ ਬ੍ਰੇਕ ਤੋਂ ਬਾਅਦ ਮੈਨੂੰ ਦੱਸੋਗੇ ਵੀ ਕਦੀ ਤੁਹਾਡੇ ਨਾਲ ਇਹੋ ਜਿਹਾ ਹੋਇਆ ਜਿਵੇਂ ਮੇਰੇ ਮੰਮੀ ਨੇ ਤਾਂ ਮੈਨੂੰ ਕਿੰਨੀ ਵਾਰੀ ਕਿਹਾ ਤੁਹਾਡੇ ਕਿਸੇ ਫੈਮਿਲੀ ਮੈਂਬਰ ਨੇ ਤੁਹਾਡੇ ਕਿਸੇ ਫਰੈਂਡ ਨੇ ਜਾਂ ਕਰ ਤੁਸੀਂ ਕਿਸੇ ਨੂੰ ਕਿਹਾ ਹੋ ਵੀ ਇਹ ਤਾਂ ਉਹੀ ਗੱਲ ਹੋਈ ਵੀ ਧੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਮੈਂ ਲੈ ਕੇ ਆਉਂਦੀ ਇੱਕ ਛੋਟੀ ਜਿਹੀ ਬ੍ਰੇਕ ਤੇ ਤੁਸੀਂ ਦੇਖਦੇ ਰਹੋ ਕੁਛ ਤੇਰੀਆਂ ਕੁਛ ਮੇਰੀਆਂ ਨਾਲੇ ਕਾਲ ਕਰੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ चाय ये सब तुम शाही पुलाव के लिए कर रहे हो ना बना दो ना प्लीज 49 साल से रोज यही तो खा रहे हो श्री लाल महल है तो 49 साल कट गए वरना 49 दिन भी काटने मुश्किल होते जाओ नहीं बनाती मैं तुम्हारा शाही पुलाव बना दो ना प्लीज डार्लिंग 49 के 50 भी तो करने हैं गोल्डन जुबिली मनानी है ना खुशबूदार लंबे दाने वाला श्री लाल महल एम्पायर बासमती राइस दादी वाओ शाही पुलाव लगता है इस बार दादाजी अपनी एनिवर्सरी नहीं भूले क्यों बिल्कुल नहीं भूला श्री लाल महल एम्पायर बासमती राइस खिले खिले दाने खिले खिले आप Tax Raja. We are tax planners, not just tax preparers. Tax Raja kol tajurbekar CPAs, tax planners ate tax preparers han. Assi individual te business tax returns, income tax filing, bookkeeping, payroll, financial statement, free e-file, free tax advice, free review te IRS representation karde han. Jaldi tax file karo ate jaldi refund pao. ਟੈਕਸੀ ਲਿਮੋਜ਼ਿਨ ਕੰਸਟਰਕਸ਼ਨ ਵੀਰਾਂ ਲਈ ਅਤੇ ਨਾਲ ਹੀ ਨਾਲ ਸੈਲਫ ਇੰਪਲੋਇਡ ਲਈ ਸਪੈਸ਼ਲ ਪ੍ਰਾਈਸ ਵੀ ਹੈਵ ਮਲਟੀਪਲ ਲੋਕੇਸ਼ਨਸ ਅੱਜ ਹੀ ਕਾਲ ਕਰੋ 718-880-1992 ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨੇਵਰ ਬੇਨਤੀ ਹੈ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸੰਬੰਧਿਤ 10, 11, 12 ਜਨਵਰੀ ਦਿਨ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਗੁਰਦੁਆਰਾ 222 ਵਿਖੇ ਸਮੂਹ ਸੇਵਾਦਾਰਾਂ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਹੁਤ ਭਾਰੀ ਦੀਵਾਨ ਸਜ ਰਹੇ ਨੇ 12 ਜਨਵਰੀ 2014 ਦਿਨ ਐਤਵਾਰ ਦਾ ਦੀਵਾਨ ਸਵੇਰੇ 9 ਵਜੇ ਤੋਂ 3 ਵਜੇ ਤੱਕ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਸਵੇਰੇ 9 ਵਜੇ ਤੋਂ 10:30 ਵਜੇ ਤੱਕ ਉਪਰੰਤ ਦੀਵਾਨ ਸਵੇਰੇ 10:30 ਤੋਂ 3 ਵਜੇ ਤੱਕ ਮਹਾਨ ਰਾਗੀ ਤਾੜੀ ਜੱਥੇ ਅਤੇ ਕਥਾਵਾਚਕ ਵਿਸ਼ੇਸ਼ ਤੌਰ 'ਤੇ ਇਸ ਸਮਾਗਮ ਦਾ ਹਿੱਸਾ ਬਣਨਗੇ ਸੰਪਰਕ ਕਰੋ ਸੋ ਬੇਨਤੀ ਹੈ ਕਿ ਸਾਰੇ ਪ੍ਰੋਗਰਾਮਾਂ ਵਿੱਚ ਹੁੰਮ ਹੁਮਾ ਕੇ ਪੁੱਜਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਨਾਈਡਰ ਲਾਅ ਗਰੁੱਪ ਤਜਰਬੇਕਾਰ ਵਕੀਲਾਂ ਦੀ ਟੀਮ
जिन्हां नूं महारत हासिल है इमिग्रेशन इंक्लूडिंग असाइलम डिपोर्टेशन डिफेंस फैमिली एम्प्लॉयमेंट एंड इन्वेस्टमेंट बेस्ड इमिग्रेशन एथे हर तरह दे क्रिमिनल केसेस जिवें वायलेशन टैक्सी लिमोजिन कमीशन दे मामले रेजिडेंशियल अते कमर्शियल क्लोजिंग डाइवोर्स केसेस बिल अते ट्रस्ट रिलेटेड केसेस भी सॉल्व कीते जांदे ने क्लाइंट्स दी सुविधा लई साडियां ब्रांचेस हर मेजर ट्रेन लाइन्स दे नजदीक हन AJZE4523 असी वीकेंड अते लेट आर अपॉइंटमेंट भी लैंदे हां असी बोलांगे तुहाडी बोली कांटेक्ट करन ते तुहानू मिलेगा तुरंत तसल्ली बख्श रिस्पांस कांटेक्ट करन लई साडे नंबर्स ने 888-824-7227 अते 917-728-0049 दीदी मैं तो भूल ही गई थी मम्मी ने तेरे लिए असली घी भेजा है और मैंने स्पेशली पैक किया अच्छा जल्दी आना क्या कर रही है लक्ष्मी आई आई पहले अपनी आंखें बंद करो दीदी ऐसा घी सिर्फ मम्मी ही बना सकती है सब लक्ष्मी माँ की कृपा है लक्ष्मी घी मेड प्योर मेड फ्रेश मेड हियर महाराजा क्वालिटी स्वीट्स एंड स्नैक्स न्यूयॉर्क बीच प्योर वेजिटेरियन खाना देसी घ्यो दियां मठाइयां स्नैक्स अते पूरी छोले दे बादशाह साडी पछाण खाने दे नाल नाल गाहकां दी पूरी तसल्ली है असी केटरिंग भी करदे हां साडी शॉप महाराजा स्वीट 73 ओवलिक 10 37th एवेन्यू जैक्सन हाइट्स विच है और जानकारी दे लई कॉल कर सकते हो 718-505-2680 शेर व्हाइट होल व्हीट आटा फाइबर वाला बाइट होल व्हीट आटा फाइबर वाला हार्ट एंड स्ट्रोक फाउंडेशन और होल ग्रेन काउंसिल से अप्रूव आपका हाजमा करे बढ़िया कोलेस्ट्रॉल और वेट कंट्रोल में करे आपकी मदद और हार्ट डिजीजेस से आपको रखे सुरक्षित शेर बाइट होल व्हीट आटा शेर आटा कर लाओ बनाइए आओ गुरु की आशे चलिए अपना जीवन सफल बनाइए अपना जीवन सफल बनाइए वेलकम बैक जी एक बार फिर स्वागत है तुहाडा तुहाडे प्रोग्राम कुछ तेरियां कुछ मेरियां दे विच अज दी प्रोवर्ब अज दी अखाण हैगी है तेले दी बुड़ी ते टका सिर मनाई मैं लेनी अगली कॉल तक तक तुसी भी कॉल ट्राई करो हेलो हेलो सत श्री अकाल जी सत श्री अकाल रीत जी बोल रहे हां जी मैं रीत गल कर रही हां तुसी कौन मैं कैलिफोर्निया तो मनमीत कौर बोल रही हां बेटा हां जी मनमीत जी की हाल है ਬਹੁਤ ਚੰਗਾ ਬੇਟਾ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਹੈਗਾ ਆ ਔਰ ਤੁਹਾਡੀ ਸਮਾਈਲ ਜਿਹੜੀ ਹੈ ਨਾ ਮੈਨੂੰ ਆਪਣੀ ਬੇਟੀ ਦਾ ਧਿਆਨ ਦਿਲਾ ਦਿੰਦੀ ਹੈ ਉਹ ਇੰਡੀਆ ਚ ਹੈਗੀ ਆ ਥੈਂਕ ਯੂ ਸੋ ਮਚ ਪਰ ਹੁਣ ਮੈਂ ਇੱਥੇ ਹੈਗੀ ਆ ਜੀ ਜੀ ਹਾਂਜੀ ਇਤਿਹਾਸ ਕੀ ਹੈਗਾ ਅੱਛਾ ਮੈਨੂੰ ਥੋੜਾ ਜਿਹਾ ਪਤਾ ਹੈ ਥੋੜੀ ਸਟੋਰੀ ਉਹਦੀ ਹਾਂਜੀ ਮੈਂ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਹਾਂਜੀ ਫਟਾਫਟ ਹਾਂ ਉਹ ਨਾ ਇੱਕ ਪੱਟੀ ਪਿੰਡਾਂ ਚ ਹੁੰਦੇ ਨੇ ਨਾ ਪੁੱਜਿਆ ਪੁੰਜਣ ਵਾਲੇ ਪੱਟੀ ਵਾਲੇ ਹਾਂਜੀ ਹਾਂ ਇੱਕ ਦੁੱਲਾ ਨਾਂ ਦਾ ਪੱਟੀ ਵਾਲਾ ਹੁੰਦਾ
ਓਕੇ ਉਹ ਪੁੰਜੇ ਪੁੰਜਦਾ ਉਹਦੇ ਘਰ ਉਹਦੀ ਧੀ ਦਾ ਵਿਆਹ ਹੋਣ ਵਾਲਾ ਹੁੰਦਾ ਓਕੇ ਤੇ ਉਹਦੇ ਘਰ ਡਾਕੂ ਆ ਜਾਂਦੇ ਆ ਹਮ ਤੇ ਉਹ ਡਾਕੂਆਂ ਦੇ ਅੱਗੇ ਹੱਥ ਪੈਰ ਜੋੜਦਾ ਕਹਿੰਦਾ ਮੇਰੀ ਤੇ ਧੀ ਦਾ ਵਿਆਹ ਆ ਮੇਰੇ ਕੋਲ ਤੇ ਕੁਛ ਹੈ ਨੀ ਉਹ ਫਿਰ ਵੀ ਨਾ ਗੁੜ ਦੀ ਢੇਲੀ ਦੇ ਦਿੰਦਾ ਕਹਿੰਦਾ ਬਸ ਬਾਕੀ ਸਾਰਾ ਛੋੜ ਦੋ ਕੱਲ ਮੇਰੀ ਕੁੜੀ ਦਾ ਵਿਆਹ ਆ ਤਾਂ ਡਾਕੂ ਕਹਿੰਦੇ ਤੇਰੀ ਧੀ ਦਾ ਵਿਆਹ ਆ ਅਸੀਂ ਫਿਰ ਗਲਤ ਜਗ੍ਹਾ ਆ ਗਏ ਆ ਦੀਆਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਹਾਂਜੀ ਤੇ ਉਹ ਡਾਕੂ ਕੀ ਕਰਦਾ ਨਾ ਉਹਦੇ ਕੋਲ ਜੋ ਆਪਣਾ ਸਮਾਨ ਥੋੜਾ ਬਹੁਤ ਹੁੰਦਾ ਕਿਤੋਂ ਲੁੱਟ ਕੇ ਲਿਆਂਦਾ ਉਹ ਵੀ ਉਹਦੇ ਉਹਨੂੰ ਦੇ ਦਿੰਦਾ ਉਹਦੀ ਚੋਲੀ ਪਾ ਦਿੰਦਾ ਹਾਂ ਕਹਿੰਦਾ ਐ ਨੂੰ ਐ ਨਾ ਤੂੰ ਮੇਰੇ ਵੱਲੋਂ ਆਪਣੀ ਧੀ ਨੂੰ ਦੇ ਦੇ ਔਰ ਆਪਣੀ ਧੀ ਦਾ ਵਿਆਹ ਵਜਾ ਗਜਾ ਕੇ ਕਰੀ ਕਿਸੇ ਨੂੰ ਮਤਲਬ ਕਾਫੀ ਨਾ ਹੋਣਾ ਚਾਹੀਦਾ ਹੈਗਾ ਓਕੇ ਤੈਨੂੰ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋਏ ਜੇ ਕਮੀ ਹੋਏ ਤੇ ਤੂੰ ਫਿਰ ਮੈਨੂੰ ਕਹਿ ਓਕੇ ਉਹ ਹੱਥ ਪੈਰ ਜੋੜ ਦਿੰਦਾ ਕਹਿੰਦਾ ਤੇ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ ਹੈ ਤੇ ਡਾਕੂ ਉੱਥੋਂ ਚਲਾ ਜਾਂਦਾ ਓਕੇ ਤਾਂ ਤੂੰ ਮਤਲਬ ਉਹ ਇਹ ਟਾਈਮ ਹੁੰਦਾ ਸਰਦੀਆਂ ਦਾ ਤਾਂ ਫਿਰ ਉਹ ਅਸੀਂ ਗਾਣਾ ਵੀ ਗਾਉਂਦੇ ਆ ਨਾ ਦੁੱਲਾ ਭੱਟੀ ਵਾਲਾ ਹੋਏ ਦੁੱਲੇ ਦੀ ਵਿਆਹੀ ਹਾਂਜੀ ਪਹਿਲਾ ਸੱਕਰ ਪਾਈ ਤੇ ਮੈਨੂੰ ਇਹੀ ਪਤਾ ਹੈ ਇਹਦੇ ਬਾਰੇ ਤੇ ਮੈਂ ਤੁਹਾਨੂੰ ਦੱਸਣਾ ਸੀ ਠੀਕ ਹੈ ਜੀ ਥੈਂਕ ਯੂ ਸੋ ਮੱਚ ਤੁਹਾਡੇ ਸਾਰੀ ਜੋ ਤੁਸੀਂ ਸਾਨੂੰ ਲੋਹੜੀ ਬਾਰੇ ਦੱਸਿਆ ਇਸ ਗੀਤ ਬਾਰੇ ਦੱਸਿਆ ਇਹ ਕੁਲਵਿੰਦਰ ਪਾਲ ਸਿੰਘ ਜੀ ਨੇ ਸੁਣ ਲਿੱਤਾ ਹੋਏਗਾ ਤੇ ਜੇ ਉਹਨਾਂ ਨੂੰ ਲੱਗੇਗਾ ਤੇ ਉਹ ਕਾਲ ਬੈਕ ਕਰਕੇ ਸਾਨੂੰ ਦੱਸ ਦੇਣਗੇ ਠੀਕ ਹੈ ਜੀ ਓਕੇ ਥੈਂਕ ਯੂ ਬੇਟਾ ਨੋ ਪ੍ਰੋਬਲਮ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲਓ ਜੀ ਮੈਂ ਲੈਣੀ ਅਗਲੀ ਕਾਲ ਅੱਜ ਦਾ ਪ੍ਰੋਵਰਬ ਹੈਗਾ ਤੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਾਲ ਲੱਗ ਗਈ ਹੈ ਕੋਈ ਗੱਲ ਨਹੀਂ ਜੀ ਤੁਸੀਂ ਪ੍ਰੋਗਰਾਮ ਦੇਖੋ ਅਸੀਂ ਲੈਣੇ ਅਗਲੀ ਕਾਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੈ ਜੀ ਕਿਰਪਾ ਤੁਹਾਡੀ ਸਾਡੀ ਕਿਰਪਾ ਨਹੀਂ ਉਸ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਚਲੋ ਜੀ ਸਾਰਿਆਂ ਦੇ ਜਿੰਨੇ ਦਰਸ਼ਕ ਆਪਣੇ ਜਿੰਨਾ ਆਪਣਾ ਪਰਿਵਾਰ ਹੈ ਸਾਰਿਆਂ ਦੀਆਂ ਮਿਹਰਬਾਨੀਆਂ ਨਾਲ ਸਾਰੇ ਇੱਕ ਦੂਜੇ ਨੇ ਸਾਵਾਂ ਨਾਲ ਜੀਂਦੇ ਆ ਜੀ ਹਾਂਜੀ ਹਾਂਜੀ ਪਰਮਾਤਮਾ ਤੇ ਸਾਰਿਆਂ ਦੇ ਵਿੱਚ ਹੀ ਵਸਦਾ ਹੈ ਓਏ ਆ ਜੀ ਬੰਦਾ ਪੈਦਾ ਹੀ ਸਿਰ ਮਨਾਉਣ ਲਈ ਹੁੰਦਾ ਢੇਲੀ ਦੀ ਬੁੱਢੀ ਆ ਨਾ ਸਿਰ ਮਨਾਈ ਹਾਂਜੀ ਇੰਨੀ ਲੰਮੀ ਜ਼ਿੰਦਗੀ ਹੈ ਕਈ ਵਾਰ ਘਾਟਾ ਪੈ ਜਾਂਦਾ ਕਈ ਵਾਰ ਵਾਧਾ ਪੈ ਜਾਂਦਾ ਕੰਮ ਸਾਰੇ ਸਮਝਦਾਰੀ ਨਾਲ ਕਰਦੇ ਵੀ ਮੈਂ ਸਵੇਰੇ ਉੱਠ ਕੇ ਨਾ ਆਹ ਖਰੀਦਣ ਜਾਊਂਗਾ ਜਾਂ ਆਹ ਸ਼ਾਪ ਤੇ ਜਾਊਂਗਾ ਤੇ ਮੈਨੂੰ ਆਹ ਲਾਭ ਹੋਣਾ ਹਾਂਜੀ ਪਰ ਕਈ ਵਾਰ ਜ਼ਿੰਦਗੀ ਚ ਇਹ ਵੀ ਕੰਮ ਘਾਟਾ ਵੀ ਚੱਲਣਾ ਤੇ ਵਾਧਾ ਵੀ ਚੱਲਣਾ ਹਾਂਜੀ ਤੇ ਉਹ ਇਹ ਆ ਵੀ ਜੋ ਮਿਲ ਗਿਆ ਉਸ ਲਈ ਦੇਣ ਵਾਲੇ ਦਾ ਧੰਨਵਾਦ ਕਰੋ ਜੋ ਨਹੀਂ ਮਿਲਿਆ ਉਸ ਨੂੰ ਪ੍ਰਾਪਤ ਕਰਨ ਲਈ ਯਤਨ ਜਾਰੀ ਰੱਖੋ ਹਾਂਜੀ ਇਸੇ ਲੜੀ ਨਾਲ ਜ਼ਿੰਦਗੀ ਚੱਲਣੀ ਹੈ ਜੇ ਤੁਸੀਂ ਮਾਂ ਪਿਓ ਨੇ ਕਹਿ ਦਿੱਤਾ ਜਾਂ ਵੀ ਤੁਸੀਂ ਸਿਰ ਮਨਾ ਕੇ ਆ ਗਏ ਫਿਰ ਡਿਸਹਾਰਟਡ ਨਹੀਂ ਹੋਣਾ ਚਾਹੀਦਾ ਹਾਂਜੀ ਤੇ ਅੱਗੇ ਅੱਗੇ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਜੇ ਕਿਸੇ ਨੂੰ ਸਿਰ ਮਨਾ ਕੇ ਆਏ ਤੇ ਜਿੱਦਣ ਮੁੰਨ ਕੇ ਆਏ ਤਾਂ ਉਦਣ ਲਈ ਤੇ ਕੋਈ ਬਣਿਆ ਨਹੀਂ ਹੋਈ ਸ਼ਬਦ ਤੇਰਾ ਹੀ ਮੁੰਡਾ ਆ ਜਿਹਨੇ ਗਲਤੀ ਕੀਤੀ ਜਦੋਂ ਕੋਈ ਚੰਗਾ ਕੰਮ ਕਰਕੇ ਆ ਜਾਂਦੇ ਨੇ ਦੇਖਿਆ ਮੇਰਾ ਪੁੱਤ ਕੀ ਕਰਕੇ ਆਇਆ ਪਾਪਾ ਨੇ ਚੁੱਕਿਆ ਹੋਏਗਾ ਫੜਾ ਦੇਣਗੇ ਵੀ ਸਾਂਭ ਇਹਨੂੰ ਮੇਰੇ ਕੋ ਨੀ ਸਾਂਭਿਆ ਜਾਂਦਾ ਤੇ ਜਦੋਂ ਹੱਸਦਾ ਹੋਏਗਾ ਤੇ ਹੱਸਦੇ ਬੱਚੇ ਨੂੰ ਗੋਦੀ ਚੋ ਹੀ ਚੁੱਕ ਲੈਣਗੇ ਨੀ ਹੱਸਦਾ ਪਹਿਲਾਂ ਮੈਨੂੰ ਫੜਾ ਦੇ ਹਾਂਜੀ ਹਾਂਜੀ ਜਦੋਂ ਵੀ ਰੋਣਾ ਫੇਰ ਆਖਣਾ ਨਹੀਂ ਤੋਂ ਹੀ ਰਵਾਇਆ ਹਾਂਜੀ ਸਾਰੇ ਇਹ ਕਰਕੇ ਜ਼ਿੰਦਗੀ ਜਦੋਂ ਯਾਰੀ ਰੱਖਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਵੀ ਇੱਕ ਵਾਰੀ ਫਿਰ ਜਿੱਦਾਂ ਮੈਂ ਪਹਿਲੇ ਵੀ ਕਿਹਾ ਸੀ ਵੀ ਲਾਈਫ ਇਜ਼ ਨਾਟ ਅ ਬੈਡ ਆਫ ਰੋਜ਼ਸ ਜ਼ਿੰਦਗੀ ਫੁੱਲਾਂ ਦੀ ਸੇਜ ਤੇ ਵੀ ਹੈ ਨਹੀਂ ਗੀ ਸੁੱਖ ਦੁੱਖ ਤੇ ਆਣ ਜਾਣ ਲੱਗੇ ਰਹਿੰਦਾ ਹੈ ਫਿਰ ਵੀ ਜਿੰਨੇ ਕੋਈ ਦਿੱਤਾ ਉਹਦਾ ਧੰਨਵਾਦ ਜ਼ਰੂਰ ਕਰਨਾ ਚਾਹੀਦਾ ਪਰਮਾਤਮਾ ਜੇ ਤੂੰ ਅੱਜ ਘਾਟਾ ਪਾਇਆ ਦਿੱਤਾ ਵੀ ਤੇਰਾ ਸ਼ੁਕਰਾਨਾ ਜੇ ਤੂੰ ਕੱਲ ਵਾਧਾ ਪਾਉਣਾ ਹੋਰ ਕੋਸ਼ਿਸ਼ਾਂ ਕਰੋ ਕੱਲ ਆਪੇ ਪਾਉਣਗੇ ਬਿਲਕੁਲ 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 ਧੰਨਵਾਦ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਲਓ ਜੀ ਅਸੀਂ ਲੈਂਦੇ ਹਾਂ ਅਗਲੀ ਕਾਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਾਲ ਲੱਗ ਗਈ ਹੈ ਟੀਵੀ ਦਾ ਵੋਲਿਊਮ ਥੋੜ੍ਹਾ ਜਿਹਾ ਘੱਟ ਕਰ ਦਿਓ
ਲਓ ਜੀ ਮੈਨੂੰ ਲੱਗਦਾ ਉਹਦੇ ਪ੍ਰੋਗਰਾਮ ਦੇਖਣ ਚ ਬਿਜ਼ੀ ਹੋ ਗਏ ਨੇ ਅਸੀਂ ਅਗਲੀ ਕਾਲ ਲਈਏ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਜੀ ਦੇ ਜਿਹੜਾ ਨੰਬਰ ਆਇਆ ਤੁਹਾਡਾ ਜੀ ਹਾਂਜੀ ਹਾਂਜੀ ਆ ਗੱਲ ਕਰਿਓ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਪਤਾ ਨਹੀਂ ਨੰਬਰ ਮੈਂ ਤੇ ਨੰਬਰ ਕਿੰਨੇ ਦਿਨਾਂ ਦੀ ਲਾਉਣੀ ਹੈ ਲੱਗਦਾ ਹੀ ਨਹੀਂ ਅੱਜ ਲੱਗ ਗਿਆ ਹੈਲੋ ਹਾਂਜੀ ਹਾਂਜੀ ਨੰਬਰ ਲੱਗ ਗਿਆ ਦੱਸੋ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਕਹੂੰਗੀ ਤਾਂ ਫੇਰ ਦੱਸੂਗੀ ਮੈਂ ਬਸ ਲਾ ਕੇ ਹੀ ਦੇਖਣਾ ਦੀ ਹਾਂਜੀ ਨੰਬਰ ਲਾ ਕੇ ਦੇਖਣਾ ਸੀ ਲੱਗ ਜਾਂਦਾ ਹੈ ਓਕੇ 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 ਜੀ ਸਤਿ ਸ਼੍ਰੀ ਅਕਾਲ ਇਹ ਮੁੜ ਕੇ ਬਾਅਦ ਹੋਈ ਮੈਨੂੰ ਹੋਈ ओके जी उन्होंने कॉल करते करते कह दिता कि मुड़ के आवाज मैनू ही आई जाती है वो इस करके आई जाती है क्योंकि थोड़ा वॉल्यूम जोड़ा है टीवी का तुम बहुत उच्चा किया हो सारू हाथ छोड़ के बेनती कर देने जो तो भी तुम कॉल लाते हो वॉल्यूम जोड़ा टीवी का है थोड़ा जहा घट कर सको कर दौ ताकि मेरी आवाज़ मैनू ना सुने तो तुहाड़ी आवाज़ तुहानू ना सुने तो मैं हूँ लैना एक छोटा जहा ब्रेक तो मिलते हैं ब्रेक तो बाद हाथों की अपनी दास्तां होती है कभी सृष्टि तो कभी विनाश ये देखती है कभी ये सहारा तो कभी विश्वास सदियों से ये खिलाए पीढ़ियों को निवाला और हर निवाले में हो शक्ति भोग आटा जब हाथों से खिलानी है दो वक्त की रोटी तो वो जरूर हो शक्ति भोग आटे से बनी अपने देश का नंबर वन आटा मिस्टिक ब्रोकरेज तो हाड़िया कार इंश्योरेंस संबंधी जरूरता दा इको एक सॉल्यूशन जो करदा है तो हाड़ी बचत ब्लैक कार्ड्स ग्रीन कार्ड्स ते लाइब्रेरी विच अपनी इंश्योरेंस नो रिन्यू करवान तो पहला एक बार जरूर मिलो टैक्सी ते लिमोजीन दे स्पेशलिस्ट ਮੈਡੀਲੀਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ ਅਸੀਂ ਕਰਾਂਗੇ ਸੇਵ ਤੁਹਾਡੀ ਮਨੀ ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 7183497610 ਤੇ ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੁਅਲ ਮੈਡੀਲੀਅਨ ਆਕਸ਼ਨ ਲਈ ਕੁਨਾਲ ਜੁਐਲਰ ਦੇ ਗਹਿਣੇ ਵਾਹ ਭਾਈ ਵਾਹ ਕੀ ਕਹਿਣੇ ਗਹਿਣਿਆਂ ਨਾਲ ਭਰ ਲੈ ਜਾਓ ਘਰ ਵਾਲੀ ਨੂੰ ਹੋਰ ਬਣਾਓ ਕੁਨਾਲ ਜੁਐਲਰ ਤੇ ਆਓ ਗਹਿਣਿਆਂ ਨਾਲ ਸੱਜ ਤੱਜ ਕੇ ਬਾਗੋ ਬਾਗ ਹੋ ਜਾਓ ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ ਚੇਨ ਕੁਇਨਸ ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ ਤੁਸੀਂ ਆਪਣੀ ਰਾਸ਼ੀ ਦੇ ਬਰ ਸਟੋਨ ਵੀ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200 ਯਾਦ ਰੱਖੋ ਕੁਨਾਲ ਜੁਐਲਰ 37-08 74 ਸਟਰੀਟ ਜੈਕਸਨ ਹਾਈਟਸ ਨਿਊਯਾਰਕ ਅੰਬਾ ਜੁਐਲਰ ਹਰ ਕਿਸੇ ਦੀ ਪਹਿਲੀ ਪਸੰਦ ਵੈਸਟਰਨ ਤੇ ਟ੍ਰੈਡੀਸ਼ਨਲ ਜੁਐਲਰੀ ਦੀ ਵੈਰਾਈਟੀ ਦੀ ਹੈ ਪਰਮਾਰ ਹਰ ਤਰ੍ਹਾਂ ਦੀ ਪਾਰਟੀ ਵੈਡਿੰਗ ਓਕੇਸ਼ਨ ਲਈ ਤੁਹਾਨੂੰ ਕਰਦਾ ਹੈ ਤਿਆਰ ਨਾਲ ਹੀ ਅਵੇਲੇਬਲ ਹਨ 24 ਕੈਰਟ ਗੋਲਡ ਕੁਆਇਨਸ ਤੇ ਸਪੈਸ਼ਲ ਗਿਫਟਸ ਅੰਬਾ ਜੁਐਲਰਸ 3713 74th ਸਟਰੀਟ ਜੈਕਸਨ ਹਾਈਟਸ ਨਿਊਯਾਰਕ ਫੋਨ 7186392300 ਪੰਜਾਬੀ ਭਰਾਵਾਂ ਦਾ ਟਰੱਕ ਡਰਾਈਵਿੰਗ ਸਕੂਲ ਮੋਡੈਸਟੋ ਕੈਲੀਫੋਰਨੀਆ ਵਿੱਚ ਲਾਇਸੈਂਸ 100% ਗਾਰੰਟੀ ਰਿਹਾਇਸ਼ ਅਤੇ ਏਅਰਪੋਰਟ ਤੋਂ ਪਿਕਅਪ ਫ੍ਰੀ ਕਾਲ ਕਰੋ ਅਵਤਾਰ ਸਿੰਘ ਚੱਠਾ ਨੂੰ 209-404-8480 For all your legal matters, including immigration, bankruptcy and credit card problems, divorce and family law, landlord and tenant matters, criminal and personal injury, call Gahee and Associates for a free initial personal consultation at 718-263-5999. Jab koi baat bigad jaye, jab koi mushkil aa jaye, tab hum aapka saath denge. Anytime you have a complex immigration matter, remember, main hoon na. देश की सभ्यता अपने ही लोग
अपनी मातृभूमि आपके पास लाते हुए अपने देश की हर ग्रोसरी, आपका अपना अपना बाजार। अपना बाजार कैश एंड कैरी विद लोकेशंस इन न्यूयॉर्क एंड न्यू जर्सी। जसप्रीत सिंह अटॉर्नी एट लॉ For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have four offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4884. ओबामा केयर अनुसार 2014 के शुरू तो अमेरिकन्स लिए हेल्थ इंश्योरेंस कराना लाजमी कर दिया गया है। जेकर तुहानू पहलां तो ही कोई हेल्थ इशू है तद भी इंश्योरेंस कंपनी वालों इंश्योरेंस देने लई तुहानू मना नहीं किया जाएगा। पंजाब इंश्योरेंस दे सर्टिफाइड एडवाइजर तुहानू सही अते वधिया प्लान लैण च पूरी मदद करनगे जिसकी कोई फीस नहीं होएगी। ओबामा केयर विच एनरोल होने की डेडलाइन 31 मार्च 2014 है। सो अमेरिका के किसी भी शहर साडा प्रोग्राम देख रहे हो, ओबामा केयर हेल्थ इंश्योरेंस कराने लई पंजाब इंश्योरेंस के नंबर ते हुणे कॉल करो। Maza, hey, you good and juicy, hot and drop fresh, you see, Maza. शानदार कार का होवे या ऑफिस दा, सच करता है सहारा कंस्ट्रक्शन, जिथे रेजिडेंशियल, कमर्शियल, न्यू हाउस कंस्ट्रक्शन, मॉडिफिकेशन, फ्रेमिंग, एक्सटेंशन, डॉर्मर, रेनोवेशन, इंटीरियर या एक्सटीरियर, हर तरह की सुविधा अवेलेबल है। साडा पता है 253-12-85 एवेन्यू, बेल रोज, नाय 11426। और जानकारी ले 102 फैमिली कस्टमाइज्ड हाउसेस ले अते फ्री एस्टीमेट ले तुसे सानू कॉल भी कर सकते हो। कांटेक्ट नंबर 718-831-6970 एंड 718-285-5945। इना नंबर्स ते तुसे फ्री एस्टीमेट ले भी कॉल कर सकते हो। वेलकम बैक जी। एक बार फिर तुहाडे प्रोग्राम कुछ तेरिया कुछ मेरिया स्वागत है। भी स्क्रीन ते सारे नंबर मिल रहा है, मैं समा नहीं गवांदी। अज सी प्रोवर्ब तेले दी बुड़ी टका सिर मनाई, मैं गल कर रही सी और कॉल लैने। हैलो, हेलो, हाँ जी सर, सत श्री अकाल। सत श्री अकाल जी। हाँ जी सर, तो बोल रहे हैं। हाँ जी, पहले थोड़े प्रोग्राम दी बहुत धन्यवाद, ਜਿਹੜਾ ਇੰਨਾ ਵਧੀਆ ਪ੍ਰੋਗਰਾਮ ਦਿੰਦੇ ਤੁਸੀਂ ਸਾਰੇ ਸਾਰੇ ਪਰਿਵਾਰ ਵੱਲੋਂ ਜੀ। ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਸੀਂ ਇਹ ਪ੍ਰੋਗਰਾਮ ਦੇਖਦੇ ਹੋ ਤੇ ਪ੍ਰੋਗਰਾਮ ਵਧੀਆ ਬਣਦਾ ਜਦੋਂ ਤੁਸੀਂ ਕਾਲਸ ਕਰਦੇ ਹੋ। ਹਾਂਜੀ, ਮੈਂ ਹਰੇਕ ਹਫਤੇ ਕਰ ਰਿਹਾ। ਮੇਰਾ ਨਾਮ ਬਲਵੀਰ ਸਿੰਘ। ਹਾਂਜੀ, ਅੱਛਾ, ਇਹ ਗੱਲ ਹੈ ਪੁਰਾਣੀ। ਅਜੇ ਮੈਂ ਤੇ ਮੇਰਾ ਛੋਟਾ ਭਾਈ ਸਾਈਕਲ ਲੈਣ ਗਏ। ਹਾਂ, ਦੀ ਗੱਲ ਆ, ਉਹ ਸਾਡੇ ਸ਼ਹਿਰ ਚ ਮਿਲਦਾ ਸੀ ਜਗਰਾਓ 250 ਦਾ। ਠੀਕ ਹੈ ਜੀ। ਉਹ ਕਹਿੰਦਾ ਵੀ ਚਲੋ ਲੁਧਿਆਣੇ ਚੱਲੀਏ, ਉੱਥੇ ਸਸਤਾ ਮਿਲੂ। ਮੈਂ ਕਿਹਾ ਚਲੋ ਠੀਕ ਆ। ਉਸ ਟਾਈਮ ਕਿਰਾਏ ਵੀ ਬਹੁਤ ਘੱਟ ਹੁੰਦੇ ਸੀ, ਬੱਸ ਦਾ ਹੀ ਅਸੀਂ ਚਲੇ ਗਏ ਲੁਧਿਆਣੇ। ਹਾਂਜੀ, ਉੱਥੇ ਪੁੱਛਿਆ ਵੀ ਸਾਈਕਲ ਕਿੰਨਾ ਕੀ ਰੇਟ ਆ, ਕਹਿੰਦੇ 270। ਅੱਛਾ ਜੀ, ਆਈ ਗਿਆ। ਅੱਛਾ ਬਈ, ਇਹ ਤਾਂ ਉੱਥੇ ਸਸਤਾ ਸੀ। ਹਾਂਜੀ, ਉਹ ਕਹਿੰਦਾ ਚੱਲ ਹੁਣ ਇੱਥੇ ਲੈ ਲੈਂਦੇ ਆ, ਫਿਰ ਉੱਥੇ ਜਾਵਾਂਗੇ ਹਨੇਰਾ ਹੋਜੂ। ਅੱਛਾ ਜੀ, ਉਸ ਤਰ੍ਹਾਂ ਸਾਈਕਲ ਬਣਾਇਆ, ਬਣਾ ਕੇ ਰਸਤੇ ਖਾਧਾ ਪੀਤਾ, 290 ਰੁਪਏ ਖਰਚ ਕਰਤੇ। ਅੱਛਾ ਜੀ, 250 ਦਾ ਮਿਲਦਾ ਸੀ, ਉੱਥੋਂ ਲਿਆਏ ਆ 270। ਉਹਨੇ ਉੱਥੇ ਕਿਹਾ
ਚੰਗਾ ਨਹੀਂ ਸੀ ਨਾਲੇ ਉਹੀ ਗੱਲ ਹੋ ਗਈ ਨਾ ਨਾਲੇ ਖੇਚਲ ਵੀ ਏਡੀ ਦੂਰ ਗਏ ਚੁੱਕ ਕੇ ਲਿਆਂਦਾ ਬੱਸਾਂ ਦੇ ਵਿੱਚ ਗਏ ਹੈ ਨਾ ਹਾਂਜੀ ਹਾਂਜੀ ਹੈ ਨਾ ਸਾਰਾ ਦਿਨ ਕੰਮ ਕਰੀਦਾ ਤੁਹਾਨੂੰ ਲੱਗਦਾ ਵੀ ਅਸੀਂ ਸ਼ੋਅ ਕੀਤਾ ਇੱਕ ਘੰਟੇ ਦਾ ਤੇ ਚਲੇ ਗਏ ਨਹੀਂ ਜੀ ਅਸੀਂ ਜਾਂਦੇ ਨੀ ਤਾਂ ਵੀ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਦਿਲ ਤੱਕ ਪਹੁੰਚਣ ਦੇ ਰਸਤੇ ਲੱਭਦੇ ਰਹਿੰਦੇ ਹਾਂ ਬਾਕੀ ਦੇ ਟਾਈਮ ਚ ਇਸੇ ਕਰਕੇ ਨੀ ਦੱਸੀਦਾ ਨਾ ਵੀ ਸਰਪ੍ਰਾਈਜ਼ ਹੁੰਦਾ ਹੈ ਪਤਾ ਤੁਹਾਡੀ ਗੱਲ ਸੁਣ ਕੇ ਮੈਨੂੰ ਕਿੰਨੀ ਐਕਸਾਈਟਮੈਂਟ ਹੋ ਰਹੀ ਹੈ ਮੈਨੂੰ ਲੱਗਦਾ ਵੀ ਅੱਜ ਦਾ ਜਿਹੜਾ ਮੈਂ ਪ੍ਰੋਵਰਬ ਸੁਣੀ ਹੈ ਲਿਆਂਦੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇਲੇ ਦੀ ਬੁੜੀ ਟਕਾ ਸਿਰ ਮਨਾਈ ਵੀ ਇਹ ਹੁਣ ਤੁਸੀਂ ਜਿਹੜੀ ਇਗਜ਼ਾਮਪਲ ਦਿੱਤੀ ਹੈਗੀ ਹੈ ਤੁਹਾਡੇ ਨਾਲ ਆਪਣੀ ਹੱਡ ਬੀਤੀ ਜਿਹੜੀ ਹੈਗੀ ਹੈ ਨਾ ਇਸ ਤੋਂ ਵਧੀਆ ਇਗਜ਼ਾਮਪਲ ਮੈਨੂੰ ਨਹੀਂ ਲੱਗਦਾ ਮੈਂ ਤੁਹਾਨੂੰ ਸਮਝਾ ਸਕਦੀ ਸੀ ਕਿਸੇ ਨੂੰ ਹੈ ਨਾ ਹਾਂ ਬਿਲਕੁਲ ਸਹੀ ਗੱਲ ਹੈ ਬਾਕੀ ਮੈਂ ਅਸੀਂ ਪਹਿਲਾਂ ਹੀ ਗੱਲ ਕਰ ਰਹੇ ਸੀ ਘਰੇ ਬੈਠੇ ਵੀ ਅੱਜ ਕਿਹੜਾ ਸਵਾਲ ਪੁੱਛਣੀ ਆ ਮੈਂ ਫੜਨ ਇੱਕ ਵੱਜਣ ਤੋਂ ਪਹਿਲਾਂ ਹੀ ਜਾਣੀ ਤੁਹਾਡਾ ਚੈਨਲ ਲਾ ਲਿਆ ਸੀ ਆਹ ਥੈਂਕ ਯੂ ਸੋ ਸਵੀਟ ਦਿਮਾਗ ਕੋਈ ਹੈਗਾ ਤੇ ਤੁਸੀਂ ਮੇਰੀ ਹੈਲਪ ਕਰੋ ਦੱਸੋਗੇ ਨਹੀਂ ਜੇ ਤੁਸੀਂ ਅੱਜ ਦੱਸ ਦੋਗੇ ਨਾ ਫਿਰ ਅਗਲੇ ਹਫਤੇ ਹੋ ਸਕਦਾ ਮੈਂ ਉਹਦੇ ਤੇ ਕਰ ਲਵਾਂ ਇਹ ਵੀ ਹੋ ਸਕਦਾ ਕਾਲੀ ਅੱਗੇ ਟੋਏ ਨਾਲੇ ਕਾਲੀ ਅੱਗੇ ਟੋਏ ਮੈਨੂੰ ਲੱਗਦਾ ਅਸੀਂ ਪਿਛਲੇ ਹਫਤੇ ਅਸੀਂ ਗੱਲ ਕੀਤੀ ਸੀ ਕਿਸੇ ਵਿਸ਼ੇ ਤੇ ਉਸ ਵਿੱਚ ਮੈਂ ਬੋਲਿਆ ਸੀ ਨਾਲੇ ਕਾਲੀ ਅੱਗੇ ਟੋਏ ਅੱਛਾ ਹਾਂਜੀ ਚਲੋ ਕੋਈ ਨਹੀਂ ਅਸੀਂ ਫਿਰ ਯਾਦ ਕਰਕੇ ਅਸੀਂ ਵੀ ਕੋਈ ਗੱਲ ਨਹੀਂ ਥੈਂਕ ਯੂ ਸੋ ਮਚ ਮੋਸਟ ਵੈਲਕਮ ਐਨੀ ਟਾਈਮ ਤੁਸੀਂ ਫੋਨ ਕਰੋ ਵੀ ਵੈਸੇ ਵੀ ਇਹ ਸ਼ੁੱਕਰਵਾਰ ਹੈ ਅੱਜ ਤੁਸੀਂ ਵੀ ਦੱਸ ਸਕਦੇ ਹੋ ਵੀ ਕਿਹੜੇ ਵਿਸ਼ੇ ਤੇ ਅਸੀਂ ਗੱਲ ਕਰਨੀ ਹੈ ਠੀਕ ਹੈ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਓ ਜੀ ਦੇਖਿਆ ਕਿੰਨੀ ਵਧੀਆ ਗੱਲ ਸਾਨੂੰ ਪਤਾ ਲੱਗ ਗਈ ਵੀ ਮੈਨੂੰ ਨਹੀਂ ਲੱਗਦਾ ਹੁਣ ਤੁਹਾਨੂੰ ਕਿਸੇ ਨੂੰ ਸਮਝਾਉਣ ਦੀ ਲੋੜ ਹੈਗੀ ਹੈ ਮੈਨੂੰ ਕਿਉਂਕਿ ਇੰਨੀ ਵਧੀਆ ਕਾਲ ਨੇ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਹੋਏਗਾ ਵੀ ਉਹਨਾਂ ਦੇ ਨਾਲ ਆਪਣੀ ਹੱਡ ਬੀਤੀ ਤੇ ਜਦੋਂ ਉਹਨਾਂ ਦੇ ਮੰਮੀ ਨੇ ਕਿਹਾ ਵੀ ਇਹ ਤੇ ਉਹੀ ਗੱਲ ਹੋਈ ਵੀ ਧੇਲੇ ਦੀ ਬੁੜੀ ਟਕਾ ਸਿਰ ਮਨਾਈ ਮੈਂ ਲੈਣੀ ਅਗਲੀ ਕਾਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਮੈਂ ਓਰੀਗਨ ਤੋਂ ਸੁਰਿੰਦਰ ਗੱਲ ਕਰ ਰਹੀ ਹਾਂ ਜੀ ਹਾਂਜੀ ਤੁਸੀਂ ਥੋੜਾ ਜਿਹਾ ਟੀਵੀ ਦਾ ਵੋਲਿਊਮ ਘੱਟ ਕਰ ਦਿਓਗੇ ਹਾਂਜੀ 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 ਮੈਨੂੰ ਨਾ ਮੇਰੀ ਆਵਾਜ਼ ਸੁਣਦੀ ਪਈ ਹੈ ਤੁਹਾਡੀ ਘੱਟ ਸੁਣਦੀ ਹੈ ਫਿਰ ਅੱਛਾ ਜੀ ਹਾਂਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੈਂ ਇੱਕ ਗੱਲ ਕਰਨੀ ਚਾਹੁੰਦੀ ਹਾਂ ਵੀ ਜੇ ਹੋਰ ਕਈ ਪ੍ਰੋਗਰਾਮ ਹੈ ਦੋ ਦੋ ਤਿੰਨ ਤਿੰਨ ਵਾਰੀ ਰਿਕਾਰਡ ਹੁੰਦੇ ਆ ਹਾਂਜੀ ਸਿਰਫ ਕੁਛ ਮੇਰੀਆਂ ਕੁਛ ਤੇਰੀਆਂ ਜਿਹੜੀਆਂ ਇੱਕ ਵਾਰੀ ਰਿਕਾਰਡ ਹੁੰਦਾ ਮੇਰਾ ਮਿਸ ਹੋ ਜਾਂਦਾ ਮੇਰਾ ਬੜਾ ਬੁਰਾ ਹਾਲ ਹੁੰਦਾ ਜਦੋਂ ਮਿਸ ਹੋ ਜਾਂਦਾ ਆ ਅੱਛਾ ਜੀ ਵੀ ਤੁਸੀਂ ਜਿਹੜਾ ਰਿਪੀਟ ਸ਼ੋਅ ਦੁਬਾਰਾ ਦੇਖਣਾ ਚਾਹੁੰਦੇ ਹੋ ਹੈ ਨਾ ਹਾਂਜੀ ਹਾਂਜੀ ਉਹ ਮੈਂ ਇੱਦਾਂ ਜਿਹੜੇ ਮੇਰੇ ਫੇਵਰਿਟ ਸ਼ੋਅ ਆ ਉਹ ਮੈਂ ਰਿਕਾਰਡਿੰਗ ਤੇ ਲਾ ਦਿੰਨੀ ਆ ਕਿਉਂਕਿ ਇਸ ਟਾਈਮ ਦੋ ਰਿਕਾਰਡ ਹੁੰਦੇ ਆ ਅੱਛਾ ਜੀ ਤੇ ਇਹ ਇੱਥੇ ਕਾਟਾ ਵੱਜ ਜਾਂਦਾ ਤੇ ਇਹ ਕਈ ਵਾਰੀ ਮੇਰੇ 10-15 ਮਿੰਟ ਲੇਟ ਹੋ ਜਾਂਦਾ ਆ ਠੀਕ ਹੈ ਜੀ ਤੇ ਫਿਰ ਇਸ ਕਰਕੇ ਮੈਂ ਰਿਕੁਐਸਟ ਕਰਦੀ ਆ ਵੀ ਜੇ ਹੋ ਸਕੇ ਤਾਂ ਦੂਜੇ ਦਿਨ ਸਵੇਰ ਨੂੰ ਇਹ ਰਿਪੀਟ ਕਰ ਦਿਆ ਕਰੋ ਜਾਂ ਫਿਰ ਕੋਈ ਗੱਲ ਨੀ ਜੀ ਥੈਂਕ ਯੂ ਸੋ ਮਚ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੁਹਾਡੀ ਰਿਕੁਐਸਟ ਸਾਡੀ ਮੈਨੇਜਮੈਂਟ ਤੱਕ ਪਹੁੰਚ ਗਈ ਹੈ ਇਨਫੈਕਟ ਤੇ ਜ਼ਰੂਰ ਕੁਛ ਨਾ ਕੁਛ ਕਰਾਂਗੇ ਇਹਦੇ ਪਰ ਸਾਡਾ ਮਕਸਦ ਇਹ ਹੁੰਦਾ ਪਤਾ ਕੀ ਹੈ ਰਿਪੀਟ ਵਰਜ਼ਨ ਜਿਹੜਾ ਹੈਗਾ ਉਹ ਦੇਖੋਗੇ ਉਹਤੇ ਤੁਸੀਂ ਕਾਲ ਵੀ ਨਹੀਂ ਕਰ ਸਕਦੇ ਗੱਲ ਵੀ ਨਹੀਂ ਕਰ ਸਕਦੇ ਫਿਰ ਉਹ ਮਜ਼ਾ ਜਿਹਾ ਨਹੀਂ ਨਾ ਆਉਂਦਾ ਤਾਂ ਕਰਕੇ ਭੁੱਲਣੀ ਠੀਕ ਹੈ
ਠੀਕ ਹੈ ਜੀ। ਮੈਂ ਚੱਲੀ ਸੀ ਡਾਕਟਰ ਦੇ ਤਾਂ ਤੁਹਾਡਾ ਪ੍ਰੋਗਰਾਮ ਆਇਆ, ਮੈਂ ਕਾਲ ਲਾ ਕੇ ਦੇਖੇ ਇੱਕਦਮ ਹੀ ਲੱਗ ਗਈ ਨਾ, ਹੈ ਨਾ, ਤਾਂ ਹੀ ਤੇ ਲਾਈਵ ਸ਼ੋਅ ਕਰੀਦੇ ਨੇ ਜੇ ਹੋ ਸਕੇ ਤਾਂ। ਨਹੀਂ ਨਹੀਂ ਜ਼ਰੂਰ, ਪਰ ਤਾਂ ਹੀ ਲਾਈਵ ਸ਼ੋਅ ਕਰਦੇ ਨੇ ਵੀ ਤੁਸੀਂ ਕਾਲ ਕਰੋ, ਰਿਕਾਰਡਡ ਸ਼ੋਅ ਦੇਖੋਗੇ ਉਹਦੇ 'ਚ ਤੁਸੀਂ ਗੱਲ ਨਹੀਂ ਨਾ ਕਰ ਸਕਦੇ, ਤਾਂ ਕਰਕੇ। ਹਾਂਜੀ ਹਾਂਜੀ ਠੀਕ ਹੈ, ਚੰਗਾ ਜੀ, ਥੈਂਕ ਯੂ। ਨੋ ਪ੍ਰੋਬਲਮ, ਸਤਿ ਸ਼੍ਰੀ ਅਕਾਲ ਡਾਕਟਰ ਦੇ ਗਾਣਾ ਸੁਣਿਆ ਤਾਂ। ਓਕੇ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਓਕੇ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਲਓ ਜੀ, ਇੱਕ ਹੋਰ ਜਿਹੜੀ ਇਨਫੋਰਮੇਸ਼ਨ ਸਾਨੂੰ ਰਿਕੁਐਸਟ ਭੇਜੀ ਗਈ ਆ ਵੀ ਥੈਂਕ ਯੂ ਸੋ ਮੱਚ, ਤੁਸੀਂ ਜਦੋਂ ਇੰਨਾ ਪਿਆਰ ਦਿੰਦੇ ਹੋ। ਮੈਂ ਲੈਣੀ ਅਗਲੀ ਕਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਪਰਮਾਤਮਾ ਦਾ ਨਾਮ ਲੈਂਦਾ ਸੀ, ਪ੍ਰਹਲਾਦ, ਭਗਤ ਪ੍ਰਹਲਾਦ। ਪ੍ਰਹਲਾਦ, ਹਾਂਜੀ, ਉਹ ਕਹਿੰਦਾ ਵੀ ਮੇਰਾ ਨਾਮ ਲਵੇ ਤੇ ਮਤਲਬ ਨਹੀਂ ਉਹਨੂੰ ਮਾਰਵਾ ਦਾਂਗਾ, ਉਹਨੂੰ ਹਾਥੀ ਦਾ ਸਿੱਟਿਆ, ਉੱਪਰੋਂ ਸਿੱਟਿਆ, ਥੱਲੇ ਸਿੱਟਿਆ, ਕਈ ਥਾਂ ਸਿੱਟਿਆ। ਹਾਂਜੀ, ਹੋਲਕਾ ਕੋਲੇ ਚਾਦਰ ਸੀ। ਹਾਂਜੀ, ਅਖੀਰ ਉਹਨੂੰ ਉਹ ਕਹਿੰਦੇ ਮੈਂ ਇਹਨੂੰ ਧੂਲ ਚ ਲਾ, ਧੂਲ ਤੇ ਲੈ ਕੇ ਬੈਠੂਗੀ। ਹਾਂਜੀ, ਗੋਦੀ ਚ ਲੈ ਕੇ ਬੈਠਾਂਗੇ, ਤੁਸੀਂ ਅੱਗ ਲਗਾ ਦਿਓ। ਤੇ ਫਿਰ ਉਹਨੂੰ ਫਿਰ ਉਹ ਮਤਲਬ ਜਿਹੜੀ ਚਾਦਰ ਸੀ ਉਹ ਧਰੂਮ ਦੇ ਆਲੇ ਦੁਆਲੇ ਲਿਫਟ ਗਈ ਸੀ, ਉਹ ਮੱਚ ਗਈ ਸੀ, ਉਹ ਧਰੂਮ ਮੱਚ ਗਿਆ ਸੀ। ਹਾਂਜੀ, ਇਹ ਪਰਮਾਤਮਾ ਦੀ ਮਿਹਰ ਸੀਗੀ। ਸੋ ਇਸ ਕਰਕੇ ਹੋਲੀ ਲੋਹੜੀ ਮਨਾਈ ਜਾਂਦੀ ਹੈ, ਹੈ ਨਾ। ਹਾਂ, ਇਹ ਹਿੰਦੂਆਂ ਦਾ ਤਿਉਹਾਰ ਹੈਗਾ ਕਿਉਂਕਿ ਕੰਪਾਸ ਵੀ ਇਸੇ ਚੀਜ਼ ਦੇ ਧਰੂਪ ਭਗਤ ਦਾ, ਜਿਹੜਾ ਤਾਰਾ ਕਹਿੰਦੇ ਉਹ ਵੀ ਇਸੇ ਚੀਜ਼ ਤੇ ਚੱਲਿਆ ਪਿਆ। ਠੀਕ ਹੈ ਜੀ, ਰਾਜਾਂ ਦੀ ਕੰਪਾਸ ਜਿਹੜੀ ਚੱਲਦੀ ਆ। ਹਾਂਜੀ ਹਾਂਜੀ, ਉਹ ਵੀ ਇਸੇ ਚੀਜ਼ ਤੇ ਚੱਲਿਆ, ਕੰਪਾਸ ਜਿਹੜੀ ਬਣੀ ਹੋਈ ਆ। ਠੀਕ ਹੈ ਜੀ ਸਰ, ਤੁਸੀਂ ਹੋਲਡ ਕਰੋ ਇੱਕ ਸੈਕਿੰਡ। ਲਓ ਜੀ, ਮੈਂ ਸਾਨੂੰ ਬਾਕੀ ਦੀਆਂ ਡਿਟੇਲਸ ਦੇਣੀ ਆ ਤੇ ਤੁਸੀਂ ਲੈ ਕੇ ਆਓ ਇੱਕ ਛੋਟਾ ਜਿਹਾ ਬ੍ਰੇਕ ਤੇ ਮਿਲਦੇ ਆ ਬ੍ਰੇਕ ਤੋਂ ਬਾਅਦ। ਪੱਪੂ ਸਵੀਟਸ, ਵਾਹ ਬਈ ਵਾਹ, ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ। ਮਿਠਾਈਆਂ $3.99 a pound. Always fresh buffet. Sitting capacity for 50 people. Occasion chahe koi bhi hove, yaad rakho Pappu Sweets. For more information, call Pappu Sweets. We are located at Major Intersection, William Parkway, Tressler Drive. ਪੰਜਾਬੀ ਭਰਾਵਾਂ ਦਾ ਟਰੱਕ ਡਰਾਈਵਿੰਗ ਸਕੂਲ ਮੋਡੈਸਟੋ ਕੈਲੀਫੋਰਨੀਆ ਵਿੱਚ ਲਾਇਸੈਂਸ 100% ਗਾਰੰਟੀ, ਰਿਹਾਇਸ਼ ਅਤੇ ਏਅਰਪੋਰਟ ਤੋਂ ਪਿਕਅਪ ਫ੍ਰੀ। ਕਾਲ ਕਰੋ ਅਵਤਾਰ ਸਿੰਘ ਚੱਠਾ ਨੂੰ 209-404-8480। Breed Furniture of Punjab Nawashahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Breed Furniture can do it all. Te apni pasand da furniture khareedo. Valinder Singh ji nu ajji call karo 718-849-4530 or 917-774-8566. Breed Furniture. ਗੱਲ ਅਖਬਾਰੀ ਸੁਰਖੀਆਂ ਦੀ, ਹੱਲ ਸਮਾਜਿਕ ਮਸਲਿਆਂ ਦਾ, ਵਿਚਾਰਾਂ ਦੀ ਪੀੜ ਵਿੱਚ ਤਲਾਸ਼ ਆਪਣੀ ਹੋਂਦ ਦੀ। ਵਿਚਾਰ ਵਟਾਂਦਰਾ 13 ਜਨਵਰੀ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਰਾਤੀ 10 ਵਜੇ ਸਿਰਫ ਗੈਟ ਪੰਜਾਬੀ ਤੇ। ਟੈਕਸ ਪ੍ਰੋਬਲਮ? ਨੋ ਪ੍ਰੋਬਲਮ, ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ, ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਿਸ, MTA ਟੈਕਸਿਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ, ਵੀ ਕਵਰ ਆਲ 50 ਸਟੇਟਸ, ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555, 718-426-5695।
अरे हुजूर, सुबह सुबह इतना खूबसूरत तोहफा। खास है रसमलाई, वाह, देसी काजू के दानों से बनी दूध मलाई और मिठास हल्की सी। काजू कतली बम्बई से लाई? नहीं अंकल जी, शामियाना मिठाई, मेड इन अमेरिका। शामियाना मिठाई, मेड प्योर, मेड फ्रेश, मेड हियर। मिराज बैंकेट हॉल एंड रेस्टोरेंट, वेडिंग हो गई या बर्थडे पार्टी, मिराज है परफेक्ट हर सेलिब्रेशन ले। मिराज इंडियन क्यूजिन विद प्रॉपर सीटिंग फैसिलिटी, विजिटर्स में प्राइवेट पार्किंग फैसिलिटी भी अवेलेबल है। लक्ष्मी लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी, दाल चावल जैसी तो दुनिया में कोई चीज ही नहीं, पर थोड़ी खीर भी मिल जाती तो। लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस, खास तौर पर डायबिटिक्स के लिए। अरे तुमने मेरे हाथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी, खांडवी तो मैं बनाती थी, स्पेशली गांव से देसी बेसन मंगवा कर। क्यों, यहाँ का बेसन नहीं चलता? यहाँ के बेसन में वो बात कहाँ। पर ये तो लक्ष्मी है, इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी, किसी भी इंडियन स्टोर में लक्ष्मी बेसन। मेड प्योर, मेड फ्रेश, मेड हियर। America's favorite fashion store, Sahil. Visit our showrooms in Chicago and New Jersey or online at www.sahil.com. Mystic Brokerage, tohadiya car insurance sambandhi zarurta da ikko ik solution. Jo karda hai tohadi bachat, black cards, green cards te library vich. Apni insurance nu renew karwan to pehla ik vaar zarur milo. टैक्सी से लीमोजीन दे स्पेशलिस्ट, मेडिलियंस से फाइनेंस फैसिलिटी भी अवेलेबल है। असी करांगे से तो हाडी मनी। किसी भी जानकारी ले कॉल करो 718-349-7610 ते। कांटेक्ट करो फरवरी 2014 दी इंडिविजुअल मेडिलियन ऑक्शन ले। वेलकम जी, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ। ਪ੍ਰੋਗਰਾਮ ਦਾ ਅਖੀਰਲਾ ਬ੍ਰੇਕ ਸੀਗਾ ਸੈਟਰਡੇ ਸੰਡੇ, ਆਈ ਨੋ ਹੁਣ ਸੋਮਵਾਰ ਨੂੰ ਮਿਲਾਂਗੇ, ਸਮਾਂ ਜਿੰਨਾ ਵੀ ਰਹਿ ਗਿਆ ਨਹੀਂ ਗਵਾਉਂਦੇ, ਕਾਲ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਰੀਤ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਫਟਾਫਟ ਦੱਸੋ ਰਸ਼ਪਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਥੋੜਾ ਸਮਾਂ ਰਹਿ ਗਿਆ ਹੈ। ਓ ਓਕੇ, ਹਾਂਜੀ, ਤੁਹਾਨੂੰ ਇਹ ਦੱਸਦੇ ਹਾਂ ਕਿ ਇੱਕ ਵਾਰੀ ਨਾ ਜਿੱਦਾਂ ਤੁਸੀਂ ਕਹਿੰਦੇ ਆ ਢਿੱਲੇ ਦੀ ਬੁੜੀ ਤੇ ਟਕਾ ਸਿਰ ਮਨਾਈ, ਹਾਂਜੀ, ਮੇਰੇ ਨਾਲ ਇਹ ਇੱਕ ਟਾਈਮ ਵਾਪਰੀ ਸੀਗੀ। ਮੈਂ ਉਦੋਂ 8th ਚ ਪੜ੍ਹਦੀ ਸੀਗੀ। ਓਕੇ, ਉਦੋਂ ਕਿਰਨ ਗੋਟੇ ਦਾ ਬਹੁਤ ਫੈਸ਼ਨ ਸੀ ਕਿਰਨ ਗੋਟੇ। ਹਾਂਜੀ ਹਾਂਜੀ, ਤੇ ਅਸੀਂ ਤਿੰਨਾਂ ਚੋਂ ਕੁੜੀਆਂ ਨੇ ਸਲਾਹ ਕੀਤੀ ਕਿ ਆਪਾਂ ਕਿਰਨ ਗੋਟੇ ਵਾਲੀ ਚੁੰਨੀ ਲਈਏ। ਤੇ ਬਸੰਤ ਆਉਣ ਵਾਲੀ, ਆਪਾਂ ਸਾਰਿਆਂ ਨੇ ਬਸੰਤੀ ਚੁੰਨੀਆਂ ਕਿਰਨ ਗੋਟਾ ਲੈ ਕੇ ਲੈਣੀ ਆ। ਓਕੇ, ਤੇ ਅਸੀਂ ਉਹ ਲੈ ਆਈਆਂ, ਘਰ ਆਈਆਂ ਤੇ ਮੇਰੇ ਮੰਮ ਪੁੱਛਦੇ ਆ ਤੁਸੀਂ ਕੀ ਲਿਆਂਦਾ। ਮੈਂ ਕਿਹਾ ਚੁੰਨੀ ਲਿਆਂਦੀ ਆ ਕਿਰਨ ਗੋਟਾ ਲਾਉਣਾ। ਕਹਿੰਦੇ ਦਿਖਾ ਤਾ, ਮੈਂ ਦਿਖਾ ਲਈ ਤਾਂ ਚੁੰਨੀ ਬਹੁਤ ਹੀ ਸੋਹਣੀ ਨੀ ਸੀਗੀ ਤੇ ਕਿਰਨ ਗੋਟਾ ਬਹੁਤ ਕੋਸਟਲੀ ਸੀਗਾ। ਅੱਛਾ ਜੀ, ਤੇ ਉਹ ਮੈਨੂੰ ਕਹਿੰਦੇ ਆ ਕਿ ਆ ਚੁੰਨੀ, ਇਸ ਚੁੰਨੀ ਨੂੰ ਆ ਗੋਟਾ ਲਾਉਣਾ। ਕਹਿੰਦੇ ਚੁੰਨੀ ਨੀ ਸੀ ਤੁਹਾਤੋਂ ਵਧੀਆ ਲਿਆ ਹੁੰਦੀਆਂ, ਚੁੰਨੀਆਂ ਸੋਹਣੀਆਂ ਲਿਆਉਂਦੀਆਂ। ਹਾਂਜੀ,
ਲੇਡੀ ਬੁੜੀ ਤੇ ਟੱਕਾ ਸਿਰ ਮਨਾਈ ਵਾਲੀ ਗੱਲ ਤੇ ਤੁਹਾਨੂੰ ਵੀ ਅੱਜ ਪੁਰਾਣੀਆਂ ਗੱਲਾਂ ਯਾਦ ਆ ਗਈਆਂ ਹੈ ਨਾ ਆ ਜਾਂਦੀਆਂ ਨਾ ਬਹੁਤ ਹਾਂਜੀ ਪੁਰਾਣੀਆਂ ਯਾਦ ਆ ਜਾਂਦੀਆਂ ਹਾਂਜੀ ਹਾਂਜੀ ਆਪਣੀ ਮਿੱਟੀ ਦੀ ਕੋਈ ਗੱਲ ਕਰੇ ਆਪਣੇ ਪਿੰਡ ਦੀ ਕੋਈ ਅਚਾਨਕ ਰੇਡੀਓ 'ਚ ਟੀਵੀ 'ਚ ਗੱਲ ਆ ਜਾਵੇ ਉਸ ਵੇਲੇ ਆਪਣੀ ਯਾਦ ਆਪਣੀ ਗੱਲ ਜਿਹੜੀ ਕਦੀ ਸਦੀਆਂ ਤੋਂ ਭੁੱਲੇ ਬੈਠੇ ਹੁੰਦੇ ਉਹ ਵੀ ਯਾਦ ਆ ਜਾਂਦੀਆਂ ਨੇ ਨਾ ਆਪਣੀ ਕਹਾਣੀ ਆਪਣੀ ਜ਼ਬਾਨੀ ਦਾ ਪ੍ਰੋਗਰਾਮ ਆ ਰਿਹਾ ਸੀਗਾ ਹਾਂਜੀ ਉਹ ਸੀਗੇ ਆਦਮਪੁਰ ਦੇ ਅੱਛਾ ਜੀ ਉਹ ਕਹਿੰਦੇ ਸੀ ਆਦਮਪੁਰ ਦੀ ਮਿੱਟੀ ਕੋ ਫਿਰ ਪੂਰਾ ਨਕਸ਼ਾ ਮੇਰੇ ਆਪਣੇ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਹਾਂਜੀ ਪੜ੍ਹਦੀਆਂ ਰਹੀਆਂ ਨੇ ਪੂਰਾ ਨਕਸ਼ਾ ਆਦਮਪੁਰ ਦਾ ਮੈਂ ਕਿਹਾ ਹਾਂਜੀ 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 ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸੁਣਦੀ ਰੋਜ਼ ਪ੍ਰੋਗਰਾਮ ਹੈ ਪਰ ਮੇਰੇ ਲੱਗਿਆ ਨਹੀਂ ਬਹੁਤ ਆਵਾਜ਼ ਕੋਈ ਗੱਲ ਨਹੀਂ ਜੀ ਹੁਣ ਲੱਗਿਆ ਕਰੇਗਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਓਕੇ ਜੀ ਨੋ ਪ੍ਰੋਬਲਮ ਲਓ ਜੀ ਮੈਂ ਫਟਾਫਟ ਪ੍ਰੋਗਰਾਮ ਦੀ ਅਖੀਰਲੀ ਕਾਲ ਲੈਣੀ ਆ ਹਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੇਟਾ ਰੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਠਾਕ ਜੀ ਮੈਂ ਕਿਹਾ ਪਹਿਲਾਂ ਰੀਤ ਨੂੰ ਅੱਜ ਹਾਜ਼ਰੀ ਲਵਾਈਏ ਫਿਰ ਰੀਤ ਦੀ ਜਿਹੜੀ ਗੱਲ ਪੁੱਛ ਰਹੀ ਉਹਦਾ ਜਵਾਬ ਹਾਂਜੀ ਤੁਸੀਂ ਤਾਂ ਮੈਨੂੰ ਮੈਡਮ ਬਣਾ ਦਿੱਤਾ ਹੈ ਨਾ ਹਾਜ਼ਰੀ ਲਵਾ ਕੇ ਤੁਸੀਂ ਅਖਾਣ ਅੱਜ ਪੁੱਛ ਰਹੇ ਹੋ ਨਾ ਹਾਂਜੀ ਢੇਲੇ ਦੀ ਬੁੜੀ ਦੇ ਟਕਾ ਸਿਰ ਮਨਾਈ ਹਾਂਜੀ ਇਹ ਇਸ ਤਰ੍ਹਾਂ ਵੀ ਜਿਵੇਂ ਆਪਾਂ ਕਿਸੇ ਚੀਜ਼ ਤੇ ਕੋਈ ਪੈਸਾ ਲਾ ਲੈਂਦੇ ਆ ਤੇ ਉਹਦੀ ਜਿਹੜੀ ਸ਼ੋਹਰਤ ਆ ਉਹਦੀ ਜਿਹੜੀ ਅੱਗੋਂ ਦੇਖਿਆ ਉਹ ਉਸ ਤਰ੍ਹਾਂ ਨਹੀਂ ਹੁੰਦੀ ਤੇ ਤੁਹਾਨੂੰ ਕੋਈ ਵੀ ਸੱਜਣ ਐਕਸਪਲੇਨ ਕਰ ਲਓ ਵੀ ਜਿਵੇਂ ਤੁਸੀਂ ਆ ਸੂਟ ਹੀ ਪਾਇਆ ਅੱਜ ਕੱਲ ਹਾਂਜੀ ਫਰਜ਼ ਕਰੋ ਤੁਹਾਨੂੰ ਕੁਆਣ ਕੇ ਐਕਸਪੋਜ਼ ਕਰਾਂ ਵੀ ਨਹੀਂ ਰੀਤ ਤੈਨੂੰ ਇਹ ਨਹੀਂ ਤੂੰ ਵਧੀਆ ਇਸ ਦਾ ਵੀ ਵੇਲ ਕਢਾ ਲਾ ਇਧਰ ਵੀ ਬੂਟੇ ਪਵਾ ਲਾ ਮੋਢੇ ਤੇ ਵੀ ਬਣਾ ਲਾ ਤੁਸੀਂ ਉਹ ਸੂਟ ਨਾਲੋਂ ਜ਼ਿਆਦਾ ਪੈਸੇ ਤਾਂ ਕਢਾਈ ਤੇ ਲਾ ਲੈਂਦੇ ਹੋ ਬਿਲਕੁਲ ਬਿਲਕੁਲ ਜੇ ਉਹ ਨਾ ਜਚਿਆ ਤੇ ਉਹੀ ਤੁਹਾਨੂੰ ਆਣ ਕੇ ਆਖੇਗੀ ਉੱਥੇ ਖਾਣ ਟੁਵੇਗਾ ਢੇਲੇ ਦੀ ਬੁੜੀ ਦੇ ਟਗਾ ਸਿਰ ਮਨਾਈ ਕਿ ਤੂੰ ਪੈਸੇ ਇਹਦੇ ਤੇ ਜ਼ਿਆਦਾ ਲਾ ਤੇਰੇ ਪੱਪੇ ਆਏ ਫੇਰ ਵੀ ਬਹੁਤ ਵਧੀਆ ਐਗਜ਼ਾਮਪਲ ਬਹੁਤ ਵਧੀਆ ਵੀ ਬਚੀ ਖੁਚੀ ਕਸਰ ਹੁਣ ਤੁਸੀਂ ਪੂਰੀ ਕਰ ਦਿੱਤੀ ਹੁਣ ਅੱਜ ਤੋਂ ਬਾਅਦ ਮੈਨੂੰ ਲੱਗਦਾ ਜਿਨ੍ਹਾਂ ਨੇ ਵੀ ਪ੍ਰੋਗਰਾਮ ਵੇਖਿਆ ਹੋਏਗਾ ਉਹ ਕਦੇ ਇਹ ਭੁੱਲ ਹੀ ਨਹੀਂ ਸਕਦੇ ਵੀ ਇਸਦਾ ਮਤਲਬ ਕੀ ਹੈ ਹਾਂਜੀ ਹਾਂ ਦੂਸਰਾ ਬੇਟਾ ਜੀ ਵੇਖੋ ਕੋਈ ਆਪਾਂ ਐਸੀ ਜਗ੍ਹਾ ਦੁਕਾਨ ਮਕਾਨ ਲਿਆ ਲੈ ਤਾਂ ਆਪਾਂ ਲਿਆ ਕੋਈ ਆਂਦਾ ਤੂੰ ਇੱਧਰ ਥੰਮ ਬਣਾ ਦੇ ਇੱਥੇ ਬਾਰੀ ਰੱਖ ਦੇ ਇੱਥੇ ਬਿਲਡਿੰਗ ਬਣਾ ਦੇ ਇੱਥੇ ਰੋਸ਼ਨਦਾਨ ਕਰ ਦੇ ਜੇ ਉਹ ਵੀ ਲਾ ਕੇ ਤੇ ਫੇਰ ਵੀ ਨਹੀਂ ਉਹਨਾਂ ਪੱਬਦਾ ਤੇ ਉੱਥੇ ਵੀ ਇਹ ਮਿਸਾਲ ਆਮ ਬਿਲਕੁਲ ਆਪ ਵੀ ਆਂਦੇ ਰਹੇ ਵੀ ਢੇਲੇ ਦੀ ਬੁੜੀ ਦੇ ਟਗਾ ਸਿਰ ਮਨਾਈ ਹਾਂਜੀ ਇੰਨੇ ਦੀ ਚੀਜ਼ ਨਹੀਂ ਸੀ ਜਿੰਨਾ ਤੂੰ ਇਹਦੇ ਤੇ ਖਰਚਾ ਕਰ ਲਿਆ ਬਿਲਕੁਲ ਬਿਲਕੁਲ ਇਹਦੀ ਸਜਾਵਟ ਫੇਰ ਵੀ ਨਹੀਂ ਬਣੀ ਹਾਂਜੀ ਹਾਂਜੀ ਬਹੁਤ ਖੂਬ ਅੰਕਲ ਜੀ ਦੇ ਨਾਲ ਹੀ ਜਿਵੇਂ ਨੇ ਸਾਡੀ ਤਾਂ ਹਾਜ਼ਰੀ ਵੀ ਪ੍ਰਵਾਨ ਤੇ ਆਪ ਜੀ ਨੂੰ ਪਿਆਰ ਭਰੀ ਹੱਥ ਜੋੜ ਕੇ ਫਿਰ ਸਤਿ ਸ੍ਰੀ ਅਕਾਲ ਤੁਹਾਡੇ ਅੱਜ ਨਹੀਂ ਸੀਗੀ ਮੇਰੀ ਪੋਤੀ ਨਹੀਂ ਕਰਨੀ ਤਾਂ ਉਹਨੇ ਵੀ ਰੀਤ ਤੇਰੇ ਨਾਲ ਜ਼ਰੂਰ ਸਤਿ ਸ੍ਰੀ ਅਕਾਲ ਕਰਨੀ ਸੀ ਉਹ ਤੇਰੀ ਬੜੀ ਵੱਡੀ ਫਰੈਂਡ ਬਣ ਗਈ ਓ ਸੋ ਸਵੀਟ ਮੇਰਾ ਵੀ ਬਹੁਤ ਬਹੁਤ ਪਿਆਰ ਦੇਣਾ ਉਹਨਾਂ ਨੂੰ ਤੇ ਤੁਹਾਨੂੰ ਵੀ ਬਹੁਤ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਉਹ ਜਦੋਂ ਤੁਰਦੀ ਵੀ ਫਿਰਦੀ ਹੋਵੇ ਨਾ ਤੇਰੇ ਵਾਂਗੂ ਹੀ ਕਰਦੀ ਹੈ ਰੀਤ ਤੇਰੀਆਂ ਕੁਝ ਮੇਰੀਆਂ ਠੀਕ ਹੈ ਸ਼ੁਕਰਵਾਰ ਫਿਰ ਕਿੰਨਾ ਕੁਛ ਸਾਨੂੰ ਸਿੱਖਣ ਨੂੰ ਮਿਲ ਗਿਆ ਪਰ ਹੁਣ ਮੈਨੂੰ ਜਾਣਾ ਪੈਣਾ ਹੈਗਾ ਮਿਲਾਂਗੇ ਤੁਹਾਨੂੰ ਸੋਮਵਾਰ ਨੂੰ ਅਖੀਰ ਵਿੱਚ ਕਰਾਂਗੇ ਦੁੱਖ ਸੁੱਖ ਸਾਂਝੇ ਮਨਾਵਾਂਗੇ ਖੁਸ਼ੀਆਂ ਬੇਹਿਸਾਬੀ ਰੋਜ਼ ਵੇਖੋ ਇੱਕ ਤੋਂ ਦੋ ਗੈਟ ਪੰਜਾਬੀ ਸਤਿ ਸ੍ਰੀ ਅਕਾਲ ਪੰਜਾਬੀਆਂ ਦੀ ਹੈ ਵੱਖਰੀ ਸ਼ਾਨ ਆਪਣੀ ਬੋਲੀ ਆਪਣੀ ਪਹਿਚਾਨ ਗੈਟ ਪੰਜਾਬੀ ਗੈਟ